ਹੈਲੋ ਸਸਤ੍ਰੀਕਾਲ ਟੂ ਆਲ ਆਫ ਯੂ ਸਸਤ੍ਰੀਕਾਲ ਵੈਲਕਮ ਬੋਬੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਠੀਕ ਹੈ ਤਾਂ ਅੱਜ YouTube ਤੇ ਥੋੜੀ ਜੀ ਪ੍ਰੋਬਲਮ چلਦੀ ਪਈ ਹੈ ਸਾਇਰਨ ਵਾਰੀ ਹੋਣੀ ਹੈ ਹਾਂਜੀ ਚੱਲੀ ਕਲਾਸ ਨੂੰ ਸ਼ੁਰੂ ਕਰੀਏ ਇੱਕ ਵਾਰੀ ਅਗਰ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੇਰੀ ਆਵਾਜ਼ ਕਲੀਅਰਲੀ ਤੁਹਾਨੂੰ ਸਾਰਿਆਂ ਨੂੰ ਆ ਰਹੀ ਹੈ ਕਲਾਸ ਸਾਰਿਆਂ ਨੂੰ ਵਿਜੀਬਲ ਹੈ ਸਸਰੀਕਾਲ ਜੀ ਸਸਰੀਕਾਲ ਇੱਕ ਵਾਰੀ ਕਨਫਰਮ ਕਰ ਦੋ ਅੱਜ YouTube 'ਚ ਥੋੜੀ ਜੀ ਦਿੱਕਤ ਚੱਲ ਰਹੀ ਆ ਤੋ ਕਾਫੀ ਜ਼ਿਆਦਾ ਇਸ਼ੂਸ ਬੱਚਿਆਂ ਨੂੰ ਆ ਰਹੇ ਨੇ YouTube ਦੇ ਉੱਤੇ ਚਲੋ ਜੀ क्वेश्चन शुरू करते हैं फिर क्वेश्चन की -की ने अपने को गाह हैं नैक्सट क्वेश्चन से पहला तो चैन चैनल कर लो अगर चैनल नहीं किया तो अपने क्वेश्चन क्वेश्चन की है दिस वन इज़ द ठीक है आह अपना पहला क्वेश्चन है तो जल्दी जल्दी आंसर जल्दी जल्दी आंसर शुरू कर दो ठीक है सब कुछ ओके रिपोर्ट है राम राम जी राम राम सत श्रीकाल चलो आंसर देखते देख दे हैं पहला क्वेश्चन क्या फर्स्ट इंटरनेशनल एयरपोर्ट ऑफ पंजाब पहला इंटरैशनल एयरपोर्ट पंजाब का केड़ा है ठीक है फर्स्ट एयरपोर्ट पंजाब का के हाँ जी की ऑप्शन आंसर रहेगा एप्शन श्री गुरु राम जी रामदास जी इंटरशनल एयरपोर्ट सैकेंड वन ऑप्शन जी अपने कोई है दैट इज़ uh, शहीद आजम भगत सिंह इंटरनेशनल एयरपोर्ट थर्ड ऑप्शन आदमपुर एयरपोर्ट फोर्थ uh, ऑप्शन हैगी है, हलवाड़ा एयरपोर्ट देखो जी आ जोड़ा पहला इंटरनेशनल एयरपोर्ट है ठीक है वह हैगा ऑप्शन तो फर्स्ट ऑप्शन अपनी बिल्कुल करैक्ट है ओके ਉਹਨੇ ਦੇ ਬਾਰੇ ਕੁਛ ਆਪਾਂ ਡਿਟੇਲ ਦੇ ਵਿੱਚ ਕੁਛ ਨੋਲੇਜ ਆਪਾਂ ਜਿਹੜੀਆਂ ਉਹ ਪਾਣੇ ਆ ਤੋ ਆਹ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ 1930 ਦੇ ਵਿੱਚ ਅੰਗਰੇਜ਼ਾਂ ਦੇ ਦੁਆਰਾ ਦੁਆਰਾ ਇਹ ਪੰਜਾਬ ਦੇ ਵਿੱਚ ਖੋਲਿਆ ਗਿਆ ਸੀਗਾ ਯਾਨੀ ਅੰਮ੍ਰਿਤਸਰ ਦੇ ਵਿੱਚ ਹੈਨਾ ਔਰ ਇਹਦਾ ਨਾਮ ਹੈ ਕੀ ਰਾਜਾ ਸੰਸੀ ਇੰਟਰਨੈਸ਼ਨਲ 에ਅਰਪੋਰਟ ਇਹਦਾ ਪਹਿਲਾ ਨਾਮ ਹੋਇਆ ਕਰਦਾ ਸੀ ਬਾਅਦ ਵਿੱਚ ਇਹਦਾ ਨਾਮ ਹੈ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਹੈ ਇਹਦਾ ਸ਼ੁਰੂ ਕਰ ਦਿੱਤਾ ਇਸ 에어ਪੋਰਟ ਤੋਂ ਜਿਹੜੀ ਪਹਿਲੀ ਇੰਟਰਨੈਸ਼ਨਲ ਫਲਾਈਟ ਚੱਲੀ ਸੀ ਫਰਸਟ ਇੰਟਰਨੈਸ਼ਨਲ ਜਿਹੜੀ ਫਲਾਈਟ ਚੱਲੀ ਸੀ ਉਹ ਚੱਲੀ ਸੀ ਅੰਬਰਸਰ ਤੋਂ ਅੰਬਰਸਰ ਤੋਂ ਕਾਬੁਲ ਅੰਬਰਸਰ ਤੋਂ ਕਾਬੁਲ ਜਿਹੜੀ ਪਹਿਲੀ ਇੰਟਰਨੈਸ਼ਨਲ ਫਲਾਈਟ ਚੱਲੀ ਸੀਗੀ ਕਿਹਦੀ ਇੰਟਰਨੈਸ਼ਨਲ 에어ਪੋਰਟ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੀ ਫਰਸਟ ਫਲਾਈਟ ਅੰਮ੍ਰਿਤਸਰ ਤੋਂ ਕਾਬੁਲ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਪਹਿਲਾਂ ਤਾਂ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਅਗਰ ਹਲੇ ਤੱਕ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਹੋਇਆ ਸਭ ਤੋਂ ਪਹਿਲਾਂ ਤਾਂ ਸੈਸ਼ਨ ਨੂੰ ਸ਼ੇਅਰ ਕਰੋ ਔਰ ਜਿਹੜੀ ਨੈਕਸਟ ਮੈਰਾਥਨ ਬਹੁਤ ਜਲਦ ਆਉਣ ਵਾਲੀ ਹੈ ਜਿਹਦੇ ਵਿੱਚ ਬਹੁਤ ਬਿਹਤਰੀਨ ਕੁਸ਼ਨ ਹੋਣਗੇ ਠੀਕ ਹੈ ਬਹੁਤ ਜਲਦੀ ਤੁਹਾਨੂੰ ਮੈਰਾਥਨ ਦਾ ਪਤਾ ਲੱਗ ਜਾਊਗਾ ਕਦੋਂ-ਕਦੋਂ ਮੈਰਾਥਨ ਆਣੀ ਸ਼ੁਰੂ ਹੋ ਜਾਊਗੀ ਠੀਕ ਹੈ ਤਾਂ ਪਹਿਲੀ ਇੰਟਰਨੈਸ਼ਨਲ ਫਲਾਈਟ ਕਿਹੜੀ ਸੀ ਅੰਮ੍ਰਿਤਸਰ ਤੋਂ ਕਾਬੂਲ ਜਿਹੜੀ ਉਹਦੇ ਬਾਅਦ ਜਿਹੜੀ ਜਿਹੜੀ ਫਲਾਈਟ ਹੈ 1982 ਦੇ ਵਿੱਚ 1982 ਦੇ ਵਿੱਚ ਫਲਾਈਟ ਰੱਖੀ ਗਈ ਅੰਮ੍ਰਿਤਸਰ ਤੋਂ यूके यूके की प्लेस केड़ी सी बर्मिंगम ठीक है इस बर्मिंगम ठीक है बर्मिंगम जी जगह उ करके जी फ्लाइट पहली और रखी गई थी वाया मोस्को तो मोस्को शहर है मोस्को ठीक है तो मोस्को थ्रू ओ बर्मिंगम गई थी हूँ आ जोड़ा इंटरनेशनल एयरपोर्ट है शहीद आजम ठीक है पहले का ऑप्शन तो आ गया ये ऑप्शन ਸ਼ਹੀਦ ਆਜਮ ਭਰਤਿੰਗ ਜਿਹੜਾ 에어ਪੋਰਟ ਹੈ ਇਹ 에어ਪੋਰਟ ਕਿਹਨੂੰ ਕਿਹਾ ਜਾਂਦਾ ਮੋਹਾਲੀ 에어ਪੋਰਟ ਨੂੰ ਇਹ ਮੋਹਾਲੀ ਚੰਡੀਗੜ੍ਹ ਇਹਨੂੰ ਇਹ ਲੱਗਦਾ ਹੈ ਕਲੀਅਰ ਆਦਮਪੁਰ 에어ਪੋਰਟ ਹੈ ਜਿਹੜਾ ਇਹ ਡੋਮੈਸਟਿਕ 에어ਪੋਰਟ ਹੈ ਇਹ ਡੋਮੈਸਟਿਕ 에어ਪੋਰਟ ਹੈ ਔਰ ਹਲਵਾੜਾ 에어ਫੋਰਸ ਸਟੇਸ਼ਨ ਹੈ ਇਹ ਪੈ ਜਾਂਦਾ ਲੁਧਿਆਣੇ ਦੇ ਵਿੱਚ ਇਹ ਕਿੱਥੇ ਪੈ ਗਿਆ ਲੁਧਿਆਣੇ ਦੇ ਵਿੱਚ ਇਹਦੇ ਵਿੱਚ ਇਹੀ ਚੀਜ਼ਾਂ ਇੰਪੋਰਟੈਂਟ ਸਿੱਗੀਆਂ ਹਲਵਾੜਾ ਦਾ ਪਤਾ ਹੋਣਾ ਚਾਹੀਦਾ ਹਲਵਾੜਾ 에어ਫੋਰਸ ਸਟੇਸ਼ਨ ਹੈਗਾ ਕਿੱਥੇ ਆ ਇਹ ਲੁਧਿਆਣਾ ਦੇ ਵਿੱਚ ਪੈਂਦਾ ਹੈ ਹੁਣ ਇਹਨੂੰ ਤੁਸੀਂ ਮਿਕਸ ਨਹੀਂ ਕਰਨਾ ਹੈਗਾ ਠੀਕ ਹੈ ਕਿਸੇ ਹੋਰ 에ਅਰਪੋਰਟ ਨਾਲ ਮਿਕਸ ਨਹੀਂ ਕਰਨਾ ਹੈਗਾ ਠੀਕ ਹੈ ਚਲਿਏ ਅੱਗੇ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਅਗਲਾ ਆਪਣਾ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਕੀ ਹੈ ਤਾਂ ਸਿਨੇਮਾ ਆਫ ਪੰਜਾਬ ਪੰਜਾਬ ਦੇ ਸਿਨੇਮੇ ਨੇ ਆਪਣੀ ਸ਼ੁਰੂਆਤ ਕਿਸ ਫਿਲਮ ਦੀ ਪ੍ਰੋਡਕਸ਼ਨ ਤੋਂ ਕੀਤੀ ਸੀ ਠੀਕ ਹੈ ਤਾਂ ਆਪਣੀ ਸ਼ੁਰੂਆਤ ਕਿਸ ਫਿਲਮ ਦੀ ਪ੍ਰੋਡਕਸ਼ਨ ਤੋਂ ਕੀਤੀ ਸੀਗੀ ਤੋਂ ਪੰਜਾਬ ਨੇ ਤੋਂ ਪੰਜਾਬ ਦੀ ਜਿਹੜੀ ਫਿਲਮ ਪਹਿਲੀ ਆਈ ਸੀਗੀ ਉਹ ਸੀਗੀ ਬਿਨਾ ਆਵਾਜ਼ ਵਾਲੀ ਠੀਕ ਹੈ ਬਿਨਾ ਆਵਾਜ਼ ਵਾਲੀ ਜਿਹੜੀ ਮੂਵੀ ਮੂਵੀ ਸੀ ਵਿਦਆਊਟ ਸਾਊਂਡ ਜਿਹੜੀ ਮੂਵੀ ਆਈ ਸੀ ਵਿਦਆਊਟ ਸਾਊਂਡ ਮੂਵੀ ਮੂਵੀ ਆਈ ਸੀ ਓਕੇ ਆਹ ਜਿਹੜੀ ਮੂਵੀ ਆ ਜੀਕੇ ਮਹਿਰਾ ਦੇ ਦੁਆਰਾ ਜਿਹੜੀ ਆ ਇਹ ਪ੍ਰੋਡਿਊਸ ਕੀਤੀ ਗਈ ਸੀ ਹਾਂਜੀ ਪਹਿਲਾਂ ਤਾਂ ਆਨਸਰ ਦੇ ਦਿਓ ਠੀਕ ਹੈ ਸਿਨੇਮਾ ਆਫ ਦਾ ਪੰਜਾਬ ਹੈਜ਼ ਇਟਸ ਬਿਗਨਿੰਗਸ ਵਿਦ ਵਿਦ ਦਾ ਮੂਵੀ ਇਨ ਇਨ ਆਲਾ ਸੀ ਠੀਕ ਹੈ ਇਨ 1928 ਵਿਦ ਦਾ ਪ੍ਰੋਡਕਸ਼ਨ ਆਫ ਵਿਚ ਮੂਵੀ ਕਿਹੜੀ ਮੂਵੀ ਦੀ ਪ੍ਰੋਡਕਸ਼ਨ ਆ ਕਾਫੀ ਸਾਰੇ ਬੱਚੇ ਇਹਦਾ ਆਨਸਰ ਮੈਨੂੰ ਪਤਾ ਸੀਗਾ ਗਲਤ ਦੇਣਗੇ ਠੀਕ ਹੈ ਕਾਫੀ ਸਾਰੇ ਬੱਚੇ ਇਹਦਾ ਆਨਸਰ ਗਲਤ ਦੇਣਗੇ ਓਕੇ ਆ ਜਿਹੜੀ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਗਿਆ ਸੀਗਾ ਕਿਹਦੇ ਦੁਆਰਾ ਕਿਹਦੇ ਦੁਆਰਾ ਸੀ অপশন கரெক্ট ਨਹੀਂ ਹੈਗਾ ਪਿੰਡ ਦੀ ਕੁੜੀ ਸ਼ੀਲਾ ਜਿਹੜਾ ਉਹ கரெক্ট ਨਹੀਂ आंसर ਹੈਗਾ ਬਹੁਤ ਬੱਚੇ आंसर ਇੱਥੇ ਗਲਤ ਦੇ ਰਹੇ ਨੇ ਪਿੰਡ ਦੀ ਕੁੜੀ ਸ਼ੀਲਾ ਗਲਤ ਆਨਸਰ ਹੈ ਤਾਂ ਆਨਸਰ ਹੈਗਾ ਡੀ অপਸ਼ਨ ਡੀ অপਸ਼ਨ ਇਹਨੂੰ ਜੀ ਕੇ मेहता ਦੇ ਦੁਆਰਾ ਇਸ মুਵੀ ਨੂੰ ਬਣਾਇਆ ਗਿਆ ਸੀਗਾ ਔਰ মুਵੀ ਦਾ ਨਾਮ ਹੈ ਦਾ ਡਾਟਰਜ਼ ਆਫ ਟੂਡੇ ਦਾ ਡਾਟਰਜ਼ ਆਫ ਟੂਡੇ ਡੀ অপਸ਼ਨ கரெক্ট ਆਨਸਰ ਹੈ ਪਿੰਡ ਦੀ ਕੁੜੀ ਸ਼ੀਲਾ ਜਿਹੜੀ মুਵੀ ਹੈ ਇਹ ਇਹ ਗਲਤ ਆਨਸਰ ਹੈ ਆਹ ਜਿਹੜੀ ਮੂਵੀ ਹੈ ਡਾਟਰਸ ਆਫ ਟੂਡੇ ਅਲਹੋਰ ਦੇ ਵਿੱਚ 1928 ਦੇ ਵਿੱਚ ਜਿਹੜੀ ਬਣੀ ਸੀ ਪਿੰਡ ਦੀ ਕੁੜੀ ਸ਼ੀਲਾ ਜਿਹੜੀ ਉਹ 1900 31 31 ਦੇ ਲਾਗੇ ਛਾਗੇ ਆਈ ਸੀਗੀ ਓਕੇ ਦੂਸਰਾ ਪੁਆਇੰਟ ਇਹ ਆ ਕਿ ਹੀਰ ਰਾਂਝਾ ਹੀਰ ਰਾਂਝਾ ਜਿਹੜੀ ਮੂਵੀ ਆ ਹੁਣ ਇਹਦੇ ਵਿੱਚ ਨਾ ਕੰਟਰੋਵਰਸੀ ਰਹਿੰਦੀ ਆ ਆਹ ਕੁਐਸਚਨ ਤਾਂ ਬਿਲਕੁਲ ਕਰੈਕਟ ਆ ਕਿ ਸਾਰੇ ਨਾਲ ਪਹਿਲੀ ਜਿਹੜੀ ਮੂਵੀ ਆ ਡਾਟਰਸ ਆਫ ਟੂਡੇ ਸੀਗੀ ਇੱਥੋਂ ਦੀ ਪੰਜਾਬੀ ਸਿਨੇਮਾ ਨੇ ਆਪਣੀ ਸ਼ੁਰੂਆਤ ਕੀਤੀ ਸੀ ਓਕੇ ਔਰ ਇਹ ਜਿਹੜੀ ਟੋਕੀ ਫਿਲਮ ਨਹੀਂ ਸੀਗੀ ਸਾਊਂਡਲੈਸ ਮੂਵੀ ਸੀਗੀ ਕੀ ਹੋ ਗਿਆ ਨੂੰ ਓਹੋ ਓਕੇ ਚਲੋ ਜੀ ਹੁਣ ਇਹਦੇ ਬਾਰੇ ਕੁਝ ਚੀਜ਼ਾਂ ਸਮਝ ਲਓ ਜਿਹੜੀ ਪਿੰਡ ਦੀ ਕੁੜੀ ਮੂਵੀ ਆ ਠੀਕ ਹੈ ਪਿੰਡ ਦੀ ਕੁੜੀ ਜਿਹਦਾ ਨਾਮ ਸ਼ੀਲਾ ਸੀਗਾ ਮੂਵੀ ਮੂਵੀ ਦਾ ਨਾਮ ਸੀ ਸ਼ੀਲਾ ਓਕੇ ਆ ਜਿਹੜੀ ਮੂਵੀ ਹੈ ਇਹਦੀ ਸ਼ੂਟਿੰਗ ਜਿਹੜੀ ਕਲਕੱਤਾ ਦੇ ਵਿੱਚ ਹੋਈ ਸੀ ਕੀ ਹੋ ਰਿਹਾ ਇਹ ਇਸ ਮੂਵੀ ਦੀ ਜਿਹੜੀ ਸ਼ੂਟਿੰਗ ਹੈ ਕਲਕੱਤਾ ਦੇ ਵਿੱਚ ਹੋਈ ਸੀ ਔਰ ਇੱਥੋਂ ਦੀ ਜਿਹੜੀ ਐਕਟ੍ਰੈਸ ਜਿਹੜੀ ਜ਼ਿਆਦਾ ਫੇਮਸ ਹੋਈ ਸੀ ਉਹ ਸੀਗੀ ਕੀ ਹੋ ਰਿਹਾ ਐਕਟ੍ਰੈਸ ਜਿਹੜੀ ਸੀਗੀ ਉਹਦਾ ਕੀ ਨਾਮ ਸੀ ਨੂਰ ਜਹਾਂ ਨੂਰ ਜਹਾਂ ਠੀਕ ਹੈ ਤਾਂ ਉਹ ਮਾਂ ਪਿੰਡ ਦੀ ਕੁੜੀ ਬਾਰੇ ਦੱਸਿਆ ਤੇ ਇੱਥੇ ਆਨਸਰ ਆਪਣਾ ਡਾਟਰਸ ਆਫ ਦਿੱਸ ਐ ਥਿਸ ਵਾਸ ਦਾ ਸਾਊਂਡਲੈਸ ਮੂਵੀ ਸਾਊਂਡਲੈਸ ਮੂਵੀ ਸੀ ਇਹ ਠੀਕ ਹੈ ਇਦੇ ਬਾਅਦ ਜਿਹੜੀ ਇੱਕ ਸਾਊਂਡ ਵਾਲੀ ਮੂਵੀ ਇੱਕ ਹੋਰ ਆਈ ਸੀ ਉਹਦਾ ਨਾਮ ਸੀ ਹੀਰ ਰਾਂਝਾ ਹੀਰ ਰਾਂਝਾ ਵਾਸ ਆਲਸੋ ਕੀ ਹੋ ਰਿਹਾ ਅੱਜ ਆਪਣੇ ਆਪ ਹੀ ਚੇਂਜ ਹੋਈ ਜਾ ਰਹੀ ਹੈ ਸਕਰੀਨ ਹੀਰ ਰਾਂਝਾ ਹੀਰ ਰਾਂਝਾ ਇਹ ਵੀ ਜਿਹੜੀ ਮੂਵੀ ਹੈ ਜਿਹੜੀ ਹੁਣ ਇਹਦੇ ਵਿੱਚ ਤੇ ਜਿਹੜੀ ਸ਼ੀਲਾ ਦੇ ਵਿੱਚ ਬੜੀ ਰਹਿੰਦਾ ਕਿ ਕਿਤੇ ਕਿਤੇ ਡਾਕੂਮੈਂਟੇਸ਼ਨ ਚ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਪਿੰਡ ਦੀ ਕੁੜੀ ਜਿਹੜੀ ਹੈ ਇਹ ਹੀ ਪਹਿਲੀ ਮੂਵੀ ਸੀ ਕਿਤੇ ਕਿਤੇ ਡਾਕੂਮੈਂਟੇਸ਼ਨ ਚ ਦੇਖਣ ਨੂੰ ਮਿਲਦਾ ਕਿ ਹੀਰ ਰਾਂਝਾ ਪਹਿਲੀ ਮੂਵੀ ਸੀ ਬਟ ਜ਼ਿਆਦਾ ਕਥਨ ਆ ਉਹ ਮੰਨਿਆ ਜਾਂਦਾ ਕਿ ਪਿੰਡ ਦੀ ਕੁੜੀ ਜਿਹੜੀ ਪਹਿਲੀ ਮੂਵੀ ਸੀ ਜਿਹੜੀ ਕਿ 1931 ਚ ਆਈ ਸੀ ਜਦਕਿ ਹੀਰ ਰਾਂਝਾ ਜਿਹੜੀ 1932 ਦੇ ਵਿੱਚ ਆਈ ਸੀ ਜੇ ਪਹਿਲੀ ਮੂਵੀ ਦੀ ਸਾਊਂਡਲੈਸ ਮੂਵੀ ਦੀ ਗੱਲ ਕਰੀਏ ਉਹ ਜਿਹੜੀ ਕਿਹੜੀ ਸੀ ਉਹ ਡਾਟਰਜ਼ ਆਫ ਟੂਡੇ ਸੀ ਡਾਟਰਸ ਆਫ ਟੁਡੇ ਵਾਸ ਦਾ ਫਰਸਟ ਪੰਜਾਬੀ ਮੂਵੀ ਇਥੋਂ ਦੀ ਪੰਜਾਬੀ ਦੀ ਕੀ ਕਹਿੰਦੇ ਇੰਡਸਟਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਇਥੋਂ ਦੀ ਹੀ ਪੰਜਾਬੀ ਇੰਡਸਟਰੀ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਨੈਕਸਟ ਕੁਐਸਚਨ ਅਗਲਾ ਕੁਐਸਚਨ ਹੈ ਦਾ ਫਰਸਟ ਪੰਜਾਬੀ ਫਿਲਮ ਟੂ ਵਿਨ ਦਾ ਨੈਸ਼ਨਲ ਅਵਾਰਡ ਥਿਸ ਕੁਐਸਚਨ ਇਜ਼ ਵੈਰੀ ਇੰਪੋਰਟੈਂਟ ਪਹਿਲੀ ਪੰਜਾਬੀ ਫਿਲਮ ਜਿਹੜੀ ਨੈਸ਼ਨਲ ਅਵਾਰਡ ਜਿਹਨੇ ਵਿਨ ਕੀਤਾ ਸੀ ਸਾਊਂਡਲੈਸ ਮੂਵੀ ਹਾਂ ਇਹ ਸਾਊਂਡਲੈਸ ਮੂਵੀ ਆ ਡਾਟਰਸ ਜਿਹੜੀ ਮੂਵੀ ਸੀਗੀ ਕਿਹੜਾ ਡਾਕਟਰਸ ਵਾਲੀ ਜਿਹੜੀ ਮੂਵੀ ਸੀ ਉਹ ਸਾਊਂਡਲੈਸ ਹੈ ओके ਤੋਂ ਕੁਸ਼ਨ ਕੀ ਹੈ ਦਾ ਫਰਸਟ ਪੰਜਾਬੀ ਫਿਲਮ ਟੂ ਵਿਨ ਦਾ ਨੈਸ਼ਨਲ ਅਵਾਰਡ ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ਜਿਹਨੂੰ ਕੀ ਨੈਸ਼ਨਲ ਅਵਾਰਡ ਹੈ ਜਿਹੜਾ ਦਿੱਤਾ ਗਿਆ ਹਾਂਜੀ ਇਹ অপਸ਼ਨ ਹੈ ਆਪਣੇ ਕੋਲ ਚੰਨ ਪਰਦੇਸੀ ਦੂਸਰੀ অপਸ਼ਨ ਹੈ ਕਿ ਨਾਨਕਨਾਮ ਜਹਾਜ਼ ਅਗਲੀ অপਸ਼ਨ ਹੈ ਰੱਬ ਦਾ ਰੇਡੀਓ ਅਗਲੀ ਨਵਾਰ ਹਾਂਜੀ ਕੀ ਕੀ ਸੀ ਕਿਹੜੀ ਸੀ ਨਹੀਂ 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 ਦੇਖੋ ਚਾਨਣ ਪਰਦੇਸੀ ਦੂਸਰੇ ਨੰਬਰ ਤੇ ਸੀ ਜੀ 1969 ਦੇ ਵਿੱਚ ਜਿਹੜਾ ਅਵਾਰਡ ਹੈ ਯਾਰ 1969 ਦੇ ਵਿੱਚ ਜਿਹੜਾ ਅਵਾਰਡ ਹੈ ਉਹ ਕਿੰਨੂੰ ਮਿਲਿਆ ਸੀਗਾ ਉਹ ਮਿਲਿਆ ਸੀਗਾ ਨਾਨਕ ਚੰਦ ਆਪਣੇ ਕੋਲ ਕੀ ਹੈ ਸਰਦਾਰ ਹਰਜਿਤ ਸਿੰਘ ਮਲਿਕ ਓਕੇ ਸ਼ਹਿਜਾਦਾ ਸਿੰਘ ਸ਼ਹਿਜਾਦਾ ਸਿੰਘ ਨਾਮ ਹੈ ਤੇ ਠੀਕ ਹੈ ਸ਼ਹਿਜਾਦਾ ਸਿੰਘ ਉਹਦੇ ਬਾਅਦ ਵਿਕਰਮ ਸਿੰਘ ਤਿੰਨਵਾਰ ਨਵਾਰ ਤੇ ਇੱਕ ਮੂਵੀ ਦਾ ਨਾਮ ਹੈ ਇਸ ਕਰਕੇ ਨਹੀਂ ਹੈ तो जल्दी जल्दी आंसर कर दो तो की है, जली जली तो की है। बाद नवार, नवार क्लास चल रही है, जली जली तो है क्लास इतने बिल्कुल जिस तरह मेनू तो बिल्कुल दिख रही है क्लास ਬਫਰਿੰਗ ਉਰੇ ਤਾਂ ਕੋਈ ਬਫਰਿੰਗ ਨਹੀਂ ਹੋ ਰਹੀ ਲੱਗਦਾ ਰਿਤਿਕਾ ਜੀ ਨਮਸਕਾਰ ਨਮਸਤੇ ਜੀ ਠੀਕ ਹੈ ਤੇ ਚਲੋ ਇਹਦੇ ਵਿੱਚ ਫਰਸਟ ਪਾਇਲਟ ਪੰਜਾਬ ਦੇ ਕਿੰਨੂੰ ਕਿਹਾ ਜਾਂਦਾ ਤੋਂ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲਾ ਪਾਇਲਟ ਪੰਜਾਬ ਦਾ ਉਹ ਸਰਦਾਰ ਹਰਦੀਤ ਸਿੰਘ ਮਲਿਕ ਨੂੰ ਜਿਹੜਾ ਉਹ ਇਸ ਨਾਮ ਨਾਲ ਹੀ ਫੇਮਸ ਨੇ ਓਕੇ ਇਸ ਨਾਮ ਨਾਲ ਫੇਮਸ ਨੇ ਇਹ ਆਪਸ਼ਨ ਬਿਲਕੁਲ ਕਰੈਕਟ ਹੈ आज शायद कुछ टेक्निकल प्रॉब्लम हैगी है। चलो क्वेश्चन स्टार्ट कर दें थोड़ा जा करो सही हो गया बफरिंग दी प्रॉब्लम आई थिंक सही हो गई है रिपीट करियो पिछला क्वेश्चन रिपीट कर रहे हैं ठीक है, है। इट्स ओके नाउ बफरिंग दी प्रॉब्लम ठीक हो कर दीती है टेक्निकल टीम ने ठीक है तो फेमस जेडे पायलट की सरदार हरदीप सिंह मलिक द फेमस पायलट ओहो ਹਰਦੇਵ ਸਿੰਘ ਮਲਿਕ ਵਾਜਦਾ ਫੇਮਸ ਪਾਇਲਟ ਤੇ ਇਹਨਾਂ ਨੇ ਵਰਲਡ ਵਾਰ 1 ਦੇ ਵਿੱਚ ਜਿਹੜਾ ਆਪਣਾ ਸਹਿਯੋਗ ਦਿੱਤਾ ਸੀ ਅਗਲੇ ਕੁਐਸਚਨ ਤੇ ਜਲਦੀ ਜਲਦੀ ਚੱਲਦੇ ਆ ਨੈਕਸਟ ਕੁਐਸਚਨ ਕੀ ਹੈ ਫਰਸਟ ਸਾਇੰਟਿਸਟ ਆਫ ਦਾ ਪੰਜਾਬ ਪਹਿਲੇ ਸਾਇੰਟਿਸਟ ਪੰਜਾਬ ਦੇ ਕੌਣ ਸਨ ਪਹਿਲੇ ਸਾਇੰਟਿਸਟ ਪੰਜਾਬ ਦੇ ਸੀਗੇ ਰੂਚੀ ਰਾਮ ਸਹਾਣੀ ਰੂਚੀ ਰਾਮ ਸਹਾਣੀ ਵਾਜਦਾ ਫਰਸਟ ਸਾਇੰਟਿਸਟ ਰੂਚੀ ਰਾਮ ਸਹਾਣੀ ਵਾਜਦਾ ਫਰਸਟ ਸਾਇੰਟਿਸਟ ਤੋਂ ਪਹਿਲੇ ਸਾਇੰਟਿਸਟ ਕੌਣ ਸੀ ਰੂਚੀ ਰਾਮ ਸਹਾਣੀ ਚੀਜ਼ ਨੂੰ ਯਾਦ ਰੱਖਿਓ ਠੀਕ ਹੈ हां कुछ बच्चे पिछले क्वेश्चन च मैं वापस जाना कुछ बच्चे सोचेंगे कि फर्स्ट पायलट क्या कोई इंडिया दे फर्स्ट पायलट ओ चीज ज सुन लो थोड़ी ऐसी चीज हैं जड़ी हैं समझ लो सुन लो फर्स्ट पायलट जे आपा इंडिया दी गल करिए फर्स्ट पायलट ऑफ इंडिया ओ कौन सी जे आर डी टाटा जे आर डी टाटा वाज द फर्स्ट पायलट ऑफ इंडिया जे आर डी टाटा ठीक है इननु जे आर डी टाटा नु फादर ऑफ सिविल एविएशन भी किया जांदा ਇਨਾਂ ਨੂੰ ਫਾਦਰ ਆਫ ਸਿਵਲ ਐਵੀਏਸ਼ਨ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਟਾਟਾ ਸਾਹਿਬ ਨੂੰ ਠੀਕ ਹੈ ਜੀ ਆਰਡੀ ਟਾਟਾ ਜੀ ਨੂੰ ਫਾਦਰ ਆਫ ਸਿਵਲ ਐਵੀਏਸ਼ਨ ਵਾਟਸ ਹੈਪਨਿੰਗ ਯਾਰ ਫਾਦਰ ਆਫ ਸਿਵਲ ਐਵੀਏਸ਼ਨ ਵੀ ਕਿਹਾ ਜਾਂਦਾ ਹੈ ਸੈਸ਼ਨ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਕੁਸ਼ਨ ਦੇਖੋ ਅੱਗੇ ਤੇ ਫਰਸਟ ਫੀਮੇਲ ਪਾਇਲਟ ਇੰਡੀਆ ਦੀ ਜੇ ਆਪਾਂ ਫਰਸਟ ਫੀਮੇਲ ਪਾਇਲਟ ਦੀ ਗੱਲ ਕਰੀਏ ਤਾਂ ਫਰਸਟ ਫੀਮੇਲ ਪਾਇਲਟ ਆਫ ਇੰਡੀਆ ਫੀਮੇਲ ਪਾਇਲਟ ਫਰਸਟ ਇੰਡੀਆ ਦੀ ਉਹ ਸੀਗੇ ਸਰਲਾ ਠੀਕ ਹੈ ਸਰਲਾ ਨਾਮ ਸੀਗਾ ਕੀ ਹੋ ਰਿਹਾ ਯਾਰ ਠੀਕ ਹੈ ਤਾਂ ਫਰਸਟ ਫੀਮੇਲ ਪਾਇਲਟ ਵਾਸ ਤੋਂ ਮਿਸਿਸ ਸਰਲਾ ਇਹਨਾਂ ਦਾ ਨਾਮ ਸੀਗਾ ਠੀਕ ਹੈ ਦੈਟਸ ਇਟ ਓਕੇ ਸਰਲਾ ਪੂਰਾ ਨਾਮ ਸੀ ਸ਼ਾਇਦ ਠਕਰਾਲ ਸਰ ਸਰਲਾ ਠਕਰਾਲ सरला ठकराल पूरा लाइक करो सेशन नु जल्दी जल्दी शेयर भी करो सेशन नु ये बोर्ड में दिक्कत आ रही है अपने आप स्लाइड लिखते लिखते आगे हो रही है ठीक है चलो नेक्स्ट क्वेश्चन पे चलते हैं ਕਲੈਕਸ ਕੁਸ਼ਨ ਫਰਸਟ ਸਾਇੰਟਿਸਟ ਦੀ ਜੇ ਮੈਂ ਕਿ ਆਪਾਂ ਗੱਲ ਕਰ ਰਹੇ ਸੀ ਰੂਚੀ ਰਾਮ ਸਹਾਣੀ ਪੰਜਾਬ ਦੇ ਫਰਸਟ ਸਾਇੰਟਿਸਟ ਅਗਰ ਫੇਮਸ ਸਾਇੰਟਿਸਟ ਦੀ ਆਪਾਂ ਗੱਲ ਕਰੀਏ ਕੋਈ ਪੰਜਾਬ ਦਾ ਕੋਈ ਫੇਮਸ ਸਾਇੰਟਿਸਟ ਜਿਹਨੇ ਵਰਲਡ ਲੈਵਲ ਤੇ ਬਹੁਤ ਧਮਚਾਈ ਹੋਏ ਉਹ ਕੌਣ ਹੈ ਨਰਿੰਦਰ ਸਿੰਘ ਕੰਪਾਨੀ ਠੀਕ ਹੈ ਉਹ ਕੌਣ ਹੈ ਨਰਿੰਦਰ ਅਜ ਤਨੂੰ ਥੋੜੀ ਜੀ ਅਡਜਸਟਮੈਂਟ ਕਰਨੀ ਪੈਗੀ ਕੋਈ ਟੈਕਨੀਕਲ ਪ੍ਰੋਬਲਮ ਹੈ ਤੁਸੀਂ ਦੇਖ ਰਹੇ ਹੋ ਲਿਖਦੇ ਲਿਖਦੇ ਸਕਰੀਨ ਅੱਗੇ ਪਿੱਛੇ ਧੋੜ ਜਾਂਦੀ ਆ ਠੀਕ ਹੈ ਨਰਿੰਦਰ ਸਿੰਘ ਕੰਪਾਨੀ ਨਰਿੰਦਰ ਸਿੰਘ ਨਰਿੰਦਰ ਸਿੰਘ ਕਪਾਨੀ ਔਰ ਇਹਨਾਂ ਨੂੰ ਇਹਨਾਂ ਨੇ ਇਹਨਾਂ ਦਾ ਅਵਿਸ਼ਕਾਰ ਕੀ ਸੀਗਾ ਨਰਿੰਦਰ ਸਿੰਘ ਕਪਾਨੀ ਜੀ ਦਾ ਇਹਨਾਂ ਦਾ ਅਵਿਸ਼ਕਾਰ ਕੀ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਫਾਈਬਰ ਆਪਟਿਕਸ ਦੇ ਫਾਦਰ ਠੀਕ ਹੈ ਤਾਂ ਫਾਈਬਰ ਆਪਟਿਕਸ ਦੇ ਫਾਦਰ ਜਿਹੜੇ ਸੀਗੇ ਨਰਿੰਦਰ ਸਿੰਘ ਕਪਾਨੀ ਉਹ ਕਿੱਥੋਂ ਬਿਲੋਂਗ ਕਰਦੇ ਸੀ ਪੰਜਾਬ ਤੋਂ ਠੀਕ ਹੈ ਫਾਈਬਰ ਆਪਟਿਕਸ ਵਾਲੇ ਠੀਕ ਹੈ ਰੂਚੀ ਰਾਮ ਸਹਾਨੀ ਪੰਜਾਬ ਦੇ ਸਾਇੰਟਿਸਟ ਮੰਨਿਆ ਜਾਂਦਾ ਐਸ ਵੈਲ ਐਸ ਅ টিচার ਪੰਜਾਬ ਦੇ ਫੇਮਸ ਟੀਚਰ ਹੈ ਜਿਹੜੇ ਉਹ ਵੀ ਇਹਨਾਂ ਨੂੰ ਮੰਨਿਆ ਜਾਂਦਾ ਹੈ ਇਹਨਾਂ ਦੇ ਜਿਹੜੇ بیٹے ਸੀ ਅ ਥੈਟ ਵਾਸ ਦੀ ਇਹਨਾਂ ਦੇ بیٹے ਦਾ ਨਾਮ ਸੀਗਾ ਠੀਕ ਹੈ ਉਹ ਵੀ ਸਹਾਨੀ ਸੀ ਔਰ ਉਹ ਵੀ ਇੱਕ ਫੇਮਸ ਸਾਇੰਟਿਸਟ ਸੀ ਜਿਹੜੇ ਕਿ ਜਿਹੜੀ ਪਾਲੀਓ ਟਾਈਮ ਜਾਨੀ ਜਿਹੜਾ ਜਿਹੜੀ ਸਟੋਨ 에ਜ ਹੈ ਉਹਦੇ ਵਿੱਚ ਪੇੜ ਪੋਦਿਆਂ ਦਾ ਜਿਹੜਾ ਅਧਿਐਨ ਕਰਦੇ ਹੁੰਦੇ ਸੀ ਠੀਕ ਹੈ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਨੇ ਪਹਿਲਾ ਕੁਸ਼ਨ ਕੀ ਸੀ ਅੱਜ ਹੂ ਇਜ਼ ਦਾ ਫੇਮਸ ਫਰਸਟ ਸਾਇੰਟਿਸਟ ਆਫ ਦਾ ਪੰਜਾਬ ਪੰਜਾਬ ਦੇ ਪਹਿਲੇ ਸਾਇੰਟਿਸਟ ਕਿਹੜੇ ਫੇਮਸ ਹਨ ਉਹਦਾ ਨਾਮ ਕੀ ਹੈ ਰੂਚੀ ਰਾਮ ਸਹਾਣੀ ਠੀਕ ਹੈ ਤਾਂ ਫੇਮਸ ਸਾਇੰਟਿਸਟ ਜੀ ਆਪਾਂ ਪ੍ਰੈਜੈਂਟਲੀ ਗੱਲ ਕਰੀਏ ਹੁਣ ਐਸ ਟਾਈਮ ਇਥੇ ਫਰਸਟ ਸਾਇੰਟਿਸਟ ਦੀ ਗੱਲ ਕਰੀ ਬਟ ਸਾਰੇ ਨਾਲੋਂ ਜ਼ਿਆਦਾ ਫੇਮਸ ਸਾਇੰਟਿਸਟ ਹੈ ਉਹ ਕਿਹੜੇ ਸਨ ਤੋਂ ਫੇਮਸ ਸਾਇੰਟਿਸਟ ਵਾਸ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਨੇ ਫਾਈਬਰ ਆਪਟਿਕਸ ਦੀ ਫਾਈਬਰ ਆਪਟਿਕਸ ਦਾ ਅਵਿਸ਼ਕਾਰ ਕੀਤਾ ਜਿਨ੍ਹਾਂ ਨੇ ਫਾਈਬਰ ਆਪਟਿਕਸ ਦਾ ਅਵਿਸ਼ਕਾਰ ਕੀਤਾ ਨਰਿੰਦਰ ਸਿੰਘ ਕਪਾਨੀ ਵਾਸਦਾ ਫਰਸਟ ਸਾਇੰਟੀਸਟ ਓਕੇ ਨੈਕਸਟ ਕੁਐਸਚਨ ਤੇ ਚੱਲਦੇ ਆ ਅਗਲਾ ਕੁਐਸਚਨ ਦੇਖਦੇ ਕੀ ਹੈ ਅਗਲਾ ਹੈਗਾ ਸੋਲਰ ਰੂਫਟਾਪ ਲਾਰਜੈਸਟ ਰੂਫਟਾਪ ਸੋਲਰ ਪਾਵਰ ਪਲਾਂਟ ਇਨ ਇੰਡੀਆ ਇੰਡੀਆ ਦੇ ਵਿੱਚ ਲਾਰਜੈਸਟ ਰੂਫਟਾਪ ਸੋਲਰ ਪਾਵਰ ਪਲਾਂਟ ਕਿੱਥੇ ਖੋਲਿਆ ਗਿਆ ਠੀਕ ਹੈ ਤਾਂ ਫਰਸਟ ਪਲਾਂਟ ਵੀ ਇੱਥੇ ਹੀ ਖੋਲਿਆ ਗਿਆ ਸੀਗਾ ਰੂਫਟਾਪ ਮੇਰੇ ਤਾਂ ਮੋਬਾਈਲ ਦੇ ਵਿੱਚ ਯਾਰ ਬਫਰਿੰਗ ਨਹੀਂ ਹੋ ਰਹੀ ਹਾਂਜੀ ਕਿੱਥੇ ਖੋਲਿਆ ਗਿਆ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਕਰੈਕਟ ਆਨਸਰ ਆਪਣੇ ਕੋਲ ਅੰਮ੍ਰਿਤਸਰ ਹੈ ਅੰਮ੍ਰਿਤਸਰ ਦੇ ਜਿਹੜਾ ਬਿਆਸ ਡੇਰਾ ਹੈਗਾ ਉੱਥੇ ਜਿਹੜਾ ਇਹ ਖੋਲਿਆ ਗਿਆ ਸੀਗਾ ਹੁਣ ਜੀ ਆਪਾਂ ਸੋਲਰ ਪਾਵਰ ਪਲਾਂਟ ਦੀ ਗੱਲ ਕਰੀਏ ਪੰਜਾਬ ਦਾ ਸਾਰਿਆਂ ਨਾਲੋਂ ਵੱਡਾ ਸੋਲਰ ਪਾਵਰ ਪਲਾਂਟ ਕਿੱਥੇ ਆ ਸਾਰਿਆਂ ਨਾਲੋਂ ਵੱਡਾ ਸੋਲਰ ਪਾਵਰ ਪਲਾਂਟ ਹੈਗਾ ਮਾਨਸੇ ਸਾਰਿਆਂ ਨਾਲੋਂ ਵੱਡਾ ਸੋਲਰ ਪਾਵਰ ਪਲਾਂਟ ਕਿੱਥੇ ਆ ਮਾਨਸਾ ਸੋਲਰ ਪਾਵਰ ਪਲਾਂਟ ਸਾਰਿਆਂ ਨਾਲੋਂ ਵੱਡਾ ਹੈ ਮਾਨਸਾ ਸੋਲਰ ਪਾਵਰ ਪਲਾਂਟ ਬਿਗੇਸਟ ਪੰਜਾਬ ਦਾ ਬਿਗੇਸਟ ਹੈ ਪਾਵਰ ਪਲਾਂਟ ਪੰਜਾਬ ਦਾ బిਗੇਸਟ ਹੈ ਠੀਕ ਹੈ ਤੋਂ బిਗੇਸਟ ਫਸਟ ਨਹੀਂ ਮੈਂ ਕਹਿ ਰਿਹਾ బిਗੇਸਟ ਦੀ ਗੱਲ ਕਰ ਰਿਹਾ ਤੋਂ బిਗੇਸਟ ਕਿਹੜਾ ਮਾਨਸਾ ਦਾ ਕਿੰਨਾ ਇਹ ਨੀਅਰ अबाउट 31 ਮੈਗਾਵਾਟ ਬਿਜਲੀ ਜਿਹੜੀ ਉਹ ਪੈਦਾ ਕਰ ਰਿਹਾ ਠੀਕ ਹੈ ਲਾਰਜੇਸਟ ਰੂਫਟਾਪ ਪਲੈਂਟ ਹੈ ਜਿਹੜਾ ਉਹ ਅੰਮ੍ਰਿਤਸਰ ਔਰ ਪਹਿਲਾ ਪਲੈਂਟ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸੋਲਰ ਪਲੈਂਟ ਖੋਲਿਆ ਗਿਆ ਉਹ ਵੀ ਕਿੱਥੇ ਖੋਲਿਆ ਗਿਆ ਅੰਮ੍ਰਿਤਸਰ ਦੇ ਵਿੱਚ ਪਹਿਲਾ ਪਲਾਂਟ ਸੋਲਰ ਪਲਾਂਟ ਅੰਮ੍ਰਿਤਸਰ ਦੇ ਵਿੱਚ ਖੋਲਿਆ ਗਿਆ ਰੂਫਟਾਪ ਪਲਾਂਟ ਸਾਰਿਆਂ ਨਾਲੋਂ ਵੱਡਾ ਜਿਹੜਾ ਉਹ ਬਿਆਸ ਦਾ ਹੈਗਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਪੈ ਗਿਆ ਔਰ ਜੇ ਗੱਲ ਕਰੀਏ ਪੰਜਾਬ ਦਾ ਪਹਿਲਾ ਨਾਂ ਗੱਲ ਕਰਕੇ ਸਾਰਿਆਂ ਨਾਲੋਂ ਵੱਡਾ ਸੋਲਰ ਪਾਵਰ ਪਲਾਂਟ ਦੀ ਗੱਲ ਕੀਤੀ ਜਾਏ ਉਹ ਹੈਗਾ ਮਾਨਸਾ ਸੋਲਰ ਪਾਵਰ ਪਲਾਂਟ ਉਹ ਕਿਹੜਾ ਮਾਨਸਾ ਸੋਲਰ ਪਾਵਰ ਪਲਾਂਟ ਠੀਕ ਹੈ ਹਾਂ ਰਾਧਾ ਸਵਾਮੀ ਡੇਰੇ ਵਿੱਚ ਬਿਲਕੁਲ ਵਹੀ ਉਹੀ ਉਹੀ ਹੈ ਉਹੀ ਹੈ ਠੀਕ ਹੈ ਅਗਲੇ ਕੁਐਸਚਨ ਤੇ ਚੱਲਦੇ ਆ ਨੈਕਸਟ ਕੁਐਸਚਨ ਆਪਣੇ ਕੋਲ ਕੀ ਕੁਐਸਚਨ ਹੈ ਅਗਲਾ ਕੁਐਸਚਨ ਆਪਣੇ ਕੋਲ ਹੈਗਾ ਹੂ ਅਮੰਗਸ ਦਾ ਫੋਲੋਇੰਗ ਪਰਸਨੈਲਿਟੀਆਂ ਵਰ ਡਿਪੋਰਟਡ ਟੂ ਮੰਡਾਲਾ ਜੇਲ ਅਲੋਂਗ ਵਿਦ ਲਾਲਾ ਲਾਇਪਤਰਾਏ ਲਾਲਾ ਲਾਇਪਤਰਾਏ ਜੀ ਦੇ ਨਾਲ ਕਿਹਨੂੰ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਸੀ ਲਾਲਾ ਲਾਇਪਤਰਾਏ ਨੂੰ ਜੇਲ ਚ ਭੇਜਿਆ ਗਿਆ ਸੀਗਾ 1907 ਮਈ ਮਹੀਨੇ ਠੀਕ ਹੈ ਕਾਂਗਰਸ ਸਪਲਿਟ ਤੋਂ ਬਾਅਦ ਯਾਰ ਮਈ ਮਹੀਨੇ ਕਾਂਗਰਸ ਸਪਲਿਟ ਤੋਂ ਬਾਅਦ ਠੀਕ ਹੈ ਇਹਦੇ ਵਿੱਚ ਆਪਸ਼ਨ ਦੇ ਵਿੱਚ ਆਨਸਰ ਸੋਨ ਸਿੰਘ ਬਕਨਾ ਨਹੀਂ ਆਏਗਾ ਪਾਈ ਮਹਾਰਾਜਾ ਮਹਾਰਾਜ ਸਿੰਘ ਪਾਈ ਮਹਾਰਾਜ ਸਿੰਘ ਕਾਫੀ ਫੇਮਸ ਸੀਗੇ ਕਾਫੀ ਫੇਮਸ ਸੀਗੇ ਔਰ ਇਹਨਾਂ ਦਾ ਨਾਮ ਜਿਹੜਾ ਸੀਗਾ ਭਾਈ ਭਗਵਾਨ ਸਿੰਘ ਸੀਗਾ ਪਹਿਲਾਂ ਭਾਈ ਭਗਵਾਨ ਸਿੰਘ ਸੀਗਾ ਔਰ ਇੱਕ ਸੰਤ ਪ੍ਰਵਿਰਤੀ ਦੇ ਸੀਗੇ ਜਿਹੜੇ ਕਿ ਬਾਅਦ ਵਿੱਚ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਰੈਵੋਲੂਸ਼ਨ ਦੇ ਵਿੱਚ ਆਪਣੀ ਹਿੱਸੇਦਾਰੀ ਵੀ ਦਿੰਦੇ ਨੇ ਇਹਨਾਂ ਦਾ ਪਹਿਲਾ ਨਾਮ ਸੀਗਾ ਭਾਈ ਭਗਵਾਨ ਸਿੰਘ ਭਾਈ ਭਗਵਾਨ ਸਿੰਘ ਬਾਅਦ ਚ ਲੋਕਾਂ ਨੇ ਇਹਨਾਂ ਨੂੰ ਮਹਾਰਾਜ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਫਿਰ ਇਹਨਾਂ ਦਾ ਨਾਮ ਹੈ ਜਿਹੜਾ ਬਣ ਗਿਆ ਭਾਈ ਮਹਾਰਾਜ ਸਿੰਘ ਮਹਾਰਾਜ ਸਿੰਘ ਇਹਨਾਂ ਦੇ ਨਾਲ ਹੈ ਜਿਹੜੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜੀ ਮੰਡਾਲਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀਗਾ 1907 ਦੇ ਵਿੱਚ ਜਦੋਂ ਜਦੋਂ ਕਾਂਗਰਸ ਸਪਲਿਟ ਤੇ ਬਾਅਦ ਕਾਂਗਰਸ ਸਪਲਿਟ ਤੇ ਬਾਅਦ ਲਾਲ ਬਾਲ ਪਾਲ ਦਾ ਜਿਹੜਾ ਟ੍ਰਿਓ ਆ ਉਹਨੂੰ ਤੋੜਨ ਲਈ ਜਿਹੜੀ ਆ ਸਰਕਾਰ ਨੇ ਕਾਫੀ ਜ਼ਿਆਦਾ ਕੰਮ ਕੀਤੇ ਸੀਗੇ ਔਰ ਸਰਕਾਰ ਨੇ ਇਹਨੂੰ ਲਾਲਾ ਲਾਇਪਤਰਾਏ ਨੂੰ ਹੋਰ ਪਾਈ ਮਹਾਰਾਜ ਸਿੰਘ ਨੂੰ ਜਿਹੜਾ ਮੰਡਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੁਣ ਇੱਥੇ ਕੁਐਸਚਨ ਮਿਲਦਾ ਕਿ ਲਾਲਾ ਲਾਇਪਤਰਾਏ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਵੇਅਰ ਹੀ ਵਾਸ ਬੋਰਨ ਜਨਮ ਕਿੱਥੇ ਹੋਇਆ ਸੀ where he was born ਲਾਲਾ ਲਾਜਪਤ Rai ਦਾ ਜਨਮ ਕਿੱਥੇ ਹੋਇਆ ਸੀਗਾ ਔਰ ਇਹਨਾਂ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਇਹਨਾਂ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਯਾਰ what's ਇਹਨਾਂ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਪੁਕਾਰਿਆ ਜਾ ਰਿਹਾ ਪੰਜਾਬ ਕੇਸਰੀ ਦੇ ਨਾਮ ਨਾਲ ਇਹਨਾਂ ਨੂੰ ਪੁਕਾਰਿਆ ਜਾਂਦਾ ਔਰ ਇਹਨਾਂ ਨੂੰ ਇਹਨਾਂ ਦਾ ਇੱਕ ਹੋਰ ਨਾਮ ਇੱਕ ਹੋਰ ਨਾਮ ਹੈ ਲਾਇਨਸ ਆਫ ਪੰਜਾਬ ਦੇ ਨਾਲ ਨਾਲ ਵੀ ਇਹਨਾਂ ਨੂੰ ਨਿਵਾਜਿਤ ਕੀਤਾ ਜਾਂਦਾ ਹੈ ਲਾਈਨਸ ਆਫ ਪੰਜਾਬ ਬੀ ਇਹਨਾਂ ਨੂੰ ਕਿਹਾ ਜਾਂਦਾ ਠੀਕ ਹੈ ਲਾਈਨ ਆਫ ਪੰਜਾਬ ਲਾਈਨ ਆਫ ਪੰਜਾਬ ਲਾਈਨਸ ਨਹੀਂ ਲਾਈਨ ਕਹਾਂਗੇ ਠੀਕ ਹੈ ਲਾਈਨ ਆਫ ਪੰਜਾਬ ਨੋਟ ਲਾਈਨਸ ਲਾਈਨ ਆਫ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਿਹਾ ਜਾਂਦਾ ਔਰ ਲਾਲਾ ਲਾਜਪਤਰਾਏ ਨੂੰ ਵੀ ਕਿਹਾ ਜਾਂਦਾ ਔਰ ਪੰਜਾਬ ਕੇਸਰੀਏ ਜਿਹੜਾ ਉਹ ਜਿਹੜਾ ਲਾਲਾ ਲਾਜਪਤਰਾਏ ਨੂੰ ਕਿਹਾ ਜਾਂਦਾ ਲਾਲਾ ਲਾਜਪਤਰਾਏ ਦਾ ਜਿਹੜਾ ਜਨਮ ਹੈ ਉਹ ਕਿੱਥੇ ਹੋਇਆ ਸੀਗਾ ਲੁਧਿਆਣੇ ਦੇ ਵਿੱਚ ਹੋਇਆ ਸੀਗਾ ਜਗ੍ਹਾ ਦਾ ਨਾਮ ਕੀ ਪੈਂਦਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਜਗ੍ਹਾ ਦਾ ਨਾਮ ਕੀ ਪਿਆਗਾ ਦੂਦਕੇ ਦੂਦਕੇ ਵਿਲੇਜ ਦੇ ਵਿੱਚ ਹੋਇਆ ਸੀਗਾ ਠੀਕ ਹੈ ਉਦੋਂ ਉਸ ਸਮੇਂ ਇਹ ਲੁਧਿਆਣਾ ਡਿਸਟ੍ਰਿਕਟ ਸੀ ਹੁਣ ਅੱਜ ਦੀ ਡੇਟ ਦੇ ਵਿੱਚ ਇਹ ਕਿੱਥੇ ਪੈ ਗਿਆ ਇਹ ਕਿੱਥੇ ਪੈ ਗਿਆ ਦੂਦਕੇ ਕਿੱਥੇ ਪੈ ਗਿਆ ਮੋਗੇ ਠੀਕ ਹੈ ਹੁਣ ਕਿੱਥੇ ਪੈ ਗਿਆ ਇਹ ਮੋਗਾ ਬਾਅਦ ਵਿੱਚ ਡਿਸਟ੍ਰਿਕਟ ਜਿਹੜੀ ਮੋਗਾ ਬਣ ਗਈ ਸੀ ਕਲੀਅਰ ਸ਼ੇਰ-ਏ-ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਿਹਾ ਜਾਂਦਾ ਹੈ ਸ਼ੇਰ-ਏ-ਪੰਜਾਬ ਲਾਲਾ ਲਾਇਪਤਰਾਏ ਨੂੰ ਵੀ ਕਿਹਾ ਗਿਆ ਸੀ ਪੰਜਾਬ ਕੇਸਰੀ ਜਿਹੜਾ ਉਹ ਵੀ ਲਾਲਾ ਲਾਇਪਤਰਾਏ ਨੂੰ ਵੀ ਕਿਹਾ ਗਿਆ ਸੀ ਠੀਕ ਹੈ ਜਦੋਂ ਇਹਨਾਂ ਦਾ ਜਨਮ ਦੂਦ ਕਿਹ ਹੁੰਦਾ ਮੋਗਾ ਬਾਚ ਡਿਸਟ੍ਰਿਕਟ ਬਣਦੀ ਆ ਉਸ ਸਮੇਂ ਲੁਧਿਆਣਾ ਸੀ ਬਟ ਅੱਜ ਦੀ ਡੇਟ ਦੀ ਗੱਲ ਕਰੀਏ ਤੇ ਅੱਜ ਦੀ ਡੇਟ ਦੇ ਵਿੱਚ ਆ ਕਿੱਥੇ ਆ ਮੋਗਾ ਕਲੀਅਰ ਅੱਜ ਦੀ ਡੇਟ 'ਚ ਕਿੱਥੇ ਆ ਮੋਗਾ ਕਲੀਅਰ ਓਕੇ ਉਦੇ ਬਾਅਦ ਇਹਨਾਂ ਦੀ ਗੱਲ ਕਰਦੇ ਆ ਜਨਮ ਬੋਨ ਜਿਹੜਾ ਹੋਇਆ ਸੀਗਾ ਕਦੋਂ ਹੋਇਆ ਸੀਗਾ ਔਰ ਉਹਦੇ ਬਾਅਦ ਡੈਥ ਹੈ ਕਦੋਂ ਹੁੰਦੀ ਹੈ ਇਹਦੇ ਨਾਲ ਪੀਐਨਬੀ ਦੇ ਫਾਊਂਡਰ ਵੀ ਇਹਨਾਂ ਨੂੰ ਕਿਹਾ ਜਾਂਦਾ ਠੀਕ ਹੈ ਪੀਐਨਬੀ ਦੇ ਫਾਊਂਡਰ ਵੀ ਇਹਨਾਂ ਨੂੰ ਕਿਹਾ ਜਾਂਦਾ ਤੋਂ ਇਹਨਾਂ ਦਾ ਜਨਮ ਹੈ 1800 1800 1835 ਦੇ ਵਿੱਚ ਸ਼ਾਇਦ ਹੁੰਦਾ ਠੀਕ ਹੈ ਮੈਨੂੰ ਕਨਫਰਮ ਨਹੀਂ ਹੈ ਚਲੋ ਇਹਨੂੰ ਬਾਅਦ ਵਿੱਚ ਦੇਖਦੇ ਆ ਤੋਂ ਸਾਰਿਆਂ ਦਾ ਪਹਿਲਾ ਇੰਪੋਰਟੈਂਟ ਕੁਐਸਚਨ ਹੈ ਕਿ ਇਹਨਾਂ ਦੀ ਜਿਹੜੀ ਡੈਥ ਹੁੰਦੀ ਹੈ ਉਹ ਸਾਈਮਨ ਗੋਬੈਕ ਸਾਈਮਨ ਗੋ ਬੈਕ ਠੀਕ ਹੈ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਜਿਹੜਾ ਲਾਠੀ ਚਾਰਜ ਹੁੰਦਾ ਹੈ ਉਹਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਕਦੋਂ 1928 ਦੇ ਵਿੱਚ 1928 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ 1928 17 ਨਵੰਬਰ 1928 ਹੈ ਜਿਹੜਾ ਉਹਨੂੰ ਯਾਦ ਰੱਖ ਲੈਣਾ ਕਿਹੜਾ ਡਾਊਟ ਹੈ ਜੀ ਨਹੀਂ ਸੈਫੁਦੀਨ ਕਿਚਲੀ ਕਿਚਲੂ ਨੇ ਸੀਗੇ ਭਾਈ ਮਹਾਰਾਜ ਸਿੰਘੇ ਸੀ सैफुद्दीन किचलू ने सीके 1928 ਦੇ ਵਿੱਚ ਸਾਈਮਨ ਗੋ ਬੈਕ ਯਾਨੀ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ 1928 ਦੇ ਵਿੱਚ 17 ਨਵੰਬਰ 1928 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਕਲੀਅਰ ਕਲੀਅਰ ਅੱਛਾ ਕਿਸੇ ਦਾ ਹੋਰ ਕੁਝ ਡਾਊਟ ਹੋਏ ਓਕੇ 1928 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਔਰ 1865 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ 1800 65 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 1928 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਦੇ ਜਿਹੜੇ ਫਾਊਂਡਰ ਆ ਉਹ ਵੀ ਇਹਨਾਂ ਨੂੰ ਮੰਨਿਆ ਜਾਂਦਾ ਪੀਐਨਬੀ ਬੈਂਕ ਜਿਹੜਾ ਇਹਨਾਂ ਦੁਆਰਾ ਖੋਲਿਆ ਗਿਆ ਸੀਗਾ ਪੀਐਨਬੀ ਬੈਂਕ ਇਹਨਾਂ ਦੁਆਰਾ ਖੋਲਿਆ ਗਿਆ ਸੀ ਅਗਲੇ ਕੁਐਸਚਨ ਤੇ ਚੱਲਦੇ ਆ ਅਗਲਾ ਕੁਐਸਚਨ ਆਪਣੇ ਕੋਲ ਕੀ ਹੈ ਹੂ ਅਮੰਗਸ ਦਾ ਫੋਲੋਇੰਗ ਵਾਸ ਦਾ ਫਾਊਂਡਰ ਪ੍ਰੈਜ਼ੀਡੈਂਟ ਆਫ ਦਾ ਗਦਰ ਪਾਰਟੀ ਗਦਰ ਪਾਰਟੀ ਦੇ ਫਾਊਂਡਰ ਪ੍ਰੈਜ਼ੀਡੈਂਟ ਕਿਹਨੂੰ ਕਿਹਾ ਜਾਂਦਾ ਅੱਜ ਯਾਰ ਬਹੁਤ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਠੀਕ ਹੈ ਤਾਂ ਫਾਊਂਡਰ ਪ੍ਰੈਜ਼ੀਡੈਂਟ ਕਿਹਨੂੰ ਕਿਹਾ ਜਾਂਦਾ ਜਲਦੀ ਜਲਦੀ ਆਨਸਰ ਕਰ ਦਿਓ ਹਾਂ 1865 ਦੇ ਵਿੱਚ ਜਨਮ ਹੋਇਆ ਸੀਗਾ ਬਰਥ ਲਾਲਾ ਲਾਈ ਪਤਰਾਏ ਦਾ ਔਰ 1928 17 ਨਵੰਬਰ 1928 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀਗੀ ਸਾਈਮਨ ਜਿਹੜਾ ਸਾਈਮਨ ਦਾ ਵਿਰੋਧ ਕਰਦੇ ਹੋਏ ਇਹਨਾਂ ਦੀ ਡੈਥ ਹੋਈ ਸੀਗੀ ਔਰ ਪੀ ਐਨ ਬੀ ਬੈਂਕ ਦੇ ਫਾਊਂਡਰ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ 1800 1800 1800 1894 ਦੇ ਵਿੱਚ ਪੀ ਐਨ ਬੀ ਬੈਂਕ ਜਿਹੜਾ ਫਾਊਂਡ ਕੀਤਾ ਗਿਆ ਸੀਗਾ ਠੀਕ ਹੈ ਹੂ ਆਜ਼ ਅ ਫਾਊਂਡਿੰਗ ਪ੍ਰੈਜ਼ੀਡੈਂਟ ਆਫ ਦਾ ਫਾਊਂਡਿੰਗ ਪ੍ਰੈਜ਼ੀਡੈਂਟ ਆਫ ਦਾ ਗਦਰ ਪਾਰਟੀ ਗਦਰ ਪਾਰਟੀ ਦੀ ਜਿਹੜੀ ਨੀਵਾਂ ਉਹ ਕਿੱਥੇ ਰੱਖੀ ਗਈ ਸੀ ਵਿਦੇਸ਼ ਦੇ ਵਿੱਚ ਕਿਹੜੀ ਜਗ੍ਹਾ ਸੈਨ ਫ੍ਰਾਂਸਿਸਕੋ ਸੈਨ ਸੈਨ ਫ੍ਰਾਂਸਿਸਕੋ ਅੱਜ ਬਹੁਤਾ ਕੰਮ ਖਰਾਬ ਹੋਇਆ ਸੈਨ ਫ੍ਰਾਂਸਿਸਕੋ ਦੇ ਵਿੱਚ ਯੂ ਐਸ ਏ ਦੇ ਵਿੱਚ ਗਦਰ ਪਾਰਟੀ ਦੀ ਜਿਹੜੀ ਨੀਮ ਹੈ ਉਹ ਰੱਖੀ ਗਈ ਸੀ ਗਦਰ ਪਾਰਟੀ ਦੀ ਯੂ ਐਸ ਏ ਦੇ ਵਿੱਚ ਨੀਮ ਰੱਖੀ ਗਈ ਸੀਗੀ ਠੀਕ ਹੈ ਕਦੋਂ 1913 ਦੇ ਵਿੱਚ 1913 ਦੇ ਵਿੱਚ ਔਰ ਇਹਦੇ ਫਾਊਂਡਿੰਗ ਮੈਂਬਰ ਕੌਣ ਸੀ ਫਾਊਂਡਿੰਗ ਫਾਊਂਡਿੰਗ ਪ੍ਰੈਜ਼ੀਡੈਂਟ ਕੌਣ ਸੀ ਸੋਨ ਸਿੰਘ ਬਕਨਾਵਾੜ ਦਾ ਫਾਊਂਡਿੰਗ ਪ੍ਰੈਜ਼ੀਡੈਂਟ ਇਹ ਆਪਣਾ ਕਰੈਕਟ ਆਨਸਰ ਹੈ ਸੋਨ ਸਿੰਘ ਬਕਨਾ ਵਾਸ ਦਾ ਫਾਊਂਡਿੰਗ ਪ੍ਰੈਜ਼ੀਡੈਂਟ ਫਾਊਂਡਰ ਪ੍ਰੈਜ਼ੀਡੈਂਟ ਠੀਕ ਹੈ ਕੋਨ ਸੋਨ ਸਿੰਘ ਬਕਨਾ ਠੀਕ ਹੈ ਇਹਦੇ ਨਾਲ ਸੋਨ ਸਿੰਘ ਬਕਨਾ ਦੇ ਨਾਲ ਨਾਲ ਕੇਸਰ ਸਿੰਘ ਤੇ ਕਰਤਾਰ ਸਿੰਘ ਸਰਾਬਾ ਇਹ ਦੋ ਪਰਸਨ ਵੀ ਸੀ ਜਿਹਦੇ ਵਿੱਚ ਕੇਸਰ ਸਿੰਘ ਕੇਸਰ ਸਿੰਘ ਵਾਸ ਦਾ ਵਾਈਸ ਪ੍ਰੈਜ਼ੀਡੈਂਟ ਠੀਕ ਹੈ ਕੇਸਰ ਸਿੰਘ ਸਕਰੀਨ ਅੱਗੇ ਦੌੜ ਜਾਂਦੀ ਹੈ ਬਸ ਅੱਜ ਤੇ ਕੇਸਰ ਸਿੰਘ ਵਾਸ ਦਾ केसर सिंह वाज द वाइस प्रेसिडेंट और करतार सिंह सराभा जेडी चीफ एडिटर जेड़े सिगे ओ सी करतार सिंह सराभा ठीक है ओ कौन सी करतार सिंह सराभा करतार सिंह करतार सिंह सराभा चलो जी अगले क्वेश्चन पे चलਦੇ ਆਂ ਗਾਹਾਂ ਕੁਐਸਚਨ ਤੇ ਦੇਖਦੇ ਆਂ ਅਗਲਾ ਕੀ ਕੁਐਸਚਨ ਆਪਣੇ ਕੋਲ ਨੈਕਸਟ ਕੁਐਸਚਨ ਹੈ under whom of the following uh, directions six decided to uh, take part in cooperation movement in in cooperation movement theek hai ina vakhra hai ede naal ni hai in cooperation movement yani jehdi cooperative cooperation movement challi uh, sigi non cooperation movement theek hai take part in non cooperation movement yani jehdi movement challi sigi je ohde vich six ne participate kita siga non cooperation movement de vich ਨੋਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਜਿਹੜੇ ਸਿੱਖਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਕਿਸ ਪਰਸਨ ਦੀ ਅਗਵਾਈ ਦੇ ਅੰਡਰ ਜਿਹੜਾ ਪਾਰਟਿਸਿਪੇਟ ਕੀਤਾ ਸੀ ਅੱਜ ਬੋਰਡ ਨੇ ਤਾਂ ਬਹੁਤ ਤੰਗ ਕੀਤਾ ਯਾਰ ਬਹੁਤ ਤੰਗ ਕੀਤਾ ਹੋਇਆ ਹਾਂਜੀ ਚਲੋ ਆਨਸਰ ਕਰੋ ਆਨਸਰ ਕਰੋ ਯਾਰ ਅੱਜ ਦਾ ਦਿਨ ਕਰੋ ਅਡਜਸਟ ਅੱਛਾ ਕੀ ਆਨਸਰ ਆਊਗਾ ਇਹਦੇ ਵਿੱਚ ਨੋਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਕਿੰਨੇ ਕਿਹੜੇ ਪਰਸਨ ਦੀ ਅਗਵਾਈ ਦੇ ਹੇਠ ਸਿੱਖਾਂ ਨੇ ਜਿਹੜਾ ਆਪਣਾ ਜਿਹੜਾ ਕੀ ਕਹਿੰਦੇ ਆ ਨੂੰ ਪਾਰਟਿਸਿਪੇਟ ਕੀਤਾ ਸੀ ਨੋਨ ਕੋਆਪਰੇਸ਼ਨ ਮੂਵਮੈਂਟ ਨੂੰ ਯਾਨੀ ਇਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਕਿਹਦੀ ਅਗਵਾਈ ਹੇਠ ਕੀਤਾ ਸੀਗਾ ਬਾਬਾ ਬਿਲਕੁਲ ਬਾਬਾ ਖੜਕ ਸਿੰਘ ਬਾਬਾ ਖੜਕ ਸਿੰਘ ਕਾਫੀ ਇੰਪੋਰਟੈਂਟ ਨਾਮ ਹੈ ਔਰ ਬਾਬਾ ਖੜਕ ਸਿੰਘ ਦੀ ਅਗਵਾਈ ਹੇਠ ਜਿਹੜਿਆ ਉਹ ਪਾਰਟਿਸਪੇਸ਼ਨ ਕੀਤੀ ਗਈ ਸੀ ਬਾਬਾ ਖੜਕ ਸਿੰਘ ਜੀ ਦੇ ਹੇਠ ਔਰ ਆਜ਼ਾਦੀ ਤੋਂ ਬਾਅਦ ਵੀ ਆਈ ਥਿੰਕ 1963 ਦੇ ਵਿੱਚ ਬਾਬਾ ਖੜਕ ਸਿੰਘ ਜੀ ਦੀ ਜਿਹੜੀ ਹੈ ਉਹ ਡੈਥ ਹੋਈ ਸੀਗੀ ਠੀਕ ਹੈ ਤਾਂ ਬਹੁਤ ਇੰਪੋਰਟੈਂਟ ਕੁਸ਼ਨ ਨੇ ਅੰਦਰ ਬਾਬਾ ਖੜਕ ਸਿੰਘ ਇਤਿਹਾਸ ਦੇ ਵਿੱਚ ਇੱਕ ਕਾਫੀ ਫੇਮਸ ਨਾਮ ਔਰ ਕੋਆਪਰੇਸ਼ਨ ਨੋਨ ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਪੰਜਾਬੀਆਂ ਨੂੰ ਲੀਡ ਕਰਨ ਵਾਲੇ ਸਨ ਬਾਬਾ ਖੜਕ ਜੀ ਅਗਲੇ ਕੁਸ਼ਨ ਤੇ ਚੱਲਦੇ ਹੂ ਅਮੰਗ ਇਸ ਦਾ ਫੋਲੋਇੰਗ ਇਜ਼ ਕਨਸੀਡਰਡ ਐਸ ਦਾ ਆਰਕੀਟੈਕਚਰ ਆਫ ਦਾ ਪੋਸਟ ਇੰਡੀਪੈਂਡੈਂਸ ਪੰਜਾਬ ਪ੍ਰੋਵਿੰਸ ਯਾਨੀ ਪੰਜਾਬ ਦੇ ਆਜ਼ਾਦ ਹੋਣ ਤੋਂ ਬਾਅਦ ਕਿਹਨੂੰ ਚੀਫ ਆਰਕੀਟੈਕਟ ਕਿਹਾ ਜਾਂਦਾ ਹੈ ਪੰਜਾਬ ਦਾ ਠੀਕ ਹੈ ਕਿਹਨੂੰ ਚੀਫ ਆਰਕੀਟੈਕਟ ਕਿਹਾ ਜਾਂਦਾ ਪੰਜਾਬ ਦਾ ਆਫਟਰ ਦਾ 인ਡੀਪੈਂਡੈਂਸ ਤੋਂ ਕਿਨੂੰ ਕਿਹਾ ਜਾਂਦਾ ਪ੍ਰਤਾਪ ਸਿੰਘ ਕੈਰੋਂ ਨੂੰ ਤੋਂ ਕਿਨੂੰ ਕਿਹਾ ਜਾਂਦਾ ਪ੍ਰਤਾਪ ਸਿੰਘ ਕੈਰੋਂ ਆ ਬੜੀ ਯਾਦ ਰੱਖਣਾ ਪ੍ਰਤਾਪ ਸਿੰਘ ਕੈਰੋਂ ਨੂੰ ਜਿਹੜਾ ਚੀਫ ਆਰਕੀਟੈਕਟ ਜਿਹੜਾ ਮੰਨਿਆ ਗਿਆ ਪੋਸਟ 인ਡੀਪੈਂਡੈਂਸ ਆਫ ਦਾ ਪੰਜਾਬ ਤੋਂ ਇਥੇ ਰਾਈਟ ਆਨਸਰ ਕੀ ਹੈ ਬੀ ਆਪਸ਼ਨ ਇਸ ਦਾ ਵੈਰੀ ਕਰੈਕਟ ਆਨਸਰ ਨੈਕਸਟ ਕੁਐਸਚਨ ਹੈ ਫਰਸਟ ਏਸ਼ੀਅਨ ਜਿਨਾਂ ਨੂੰ ਪਹਿਲਾ ਏਸ਼ੀਅਨ ਜਿਨਾਂ ਨੂੰ ਕਾਮਨਵੈਲਥ ਜਿਨਾਂ ਨੂੰ ਕਾਮਨਵੈਲਥ ਕਾਮਨਵੈਲਥ ਐਗਜ਼ੀਕਿਊਟਿਵ ਫੋਰਮ ਫੋਰਮ ਦੇ ਵਿੱਚ ਐਜ਼ ਅ ਚੇਅਰਮੈਨ ਅਪਾਇੰਟ ਕੀਤਾ ਗਿਆ ਐਜ਼ ਅ ਚੇਅਰਮੈਨ ਇਲੈਕਟ ਕੀਤਾ ਗਿਆ ਠੀਕ ਹੈ ਹਾਂਜੀ ਹੂ ਵਾਸ ਦਾ ਫਰਸਟ ਏਸ਼ੀਅਨ ਫਰਸਟ ਏਸ਼ੀਅਨ ਔਰ ਇਹ ਪੰਜਾਬ ਤੋਂ ਬਿਲੋਂਗ ਕਰਦੇ ਸਨ ਪੰਜਾਬ ਤੋਂ ਬਿਲੋਂਗ ਕਰਦੇ ਆ ਇਸ ਕਰਕੇ ਉਹ ਜ਼ਿਆਦਾ ਇੰਪੋਰਟੈਂਟ ਹੈ ਫਰਸਟ ਏਸ਼ੀਅਨ ਫਰਸਟ ਪੰਜਾਬੀ ਏਸ਼ੀਅਨ ਜਿਹੜੇ ਕਾਮਨਵੈਲਥ ਪਾਰਲੀਮੈਂਟਰੀਅਨ ਐਗਜ਼ੀਕਿਊਟਿਵ ਫੋਰਮ ਦੇ ਵਿੱਚ ਚੇਅਰਮੈਨ ਦੇ ਰੂਪ ਦੇ ਪਦਵੀ ਜਿਹੜੀ ਹੈ ਸੰਭਾਲਦੇ ਨੇ ਉਹ ਕੌਣ ਸੀ that was the that was the dr balram jakhar eh option bilkul apna ore correct answer aega eh pehle asian si ki jinna ne uh, commonwealth parliamentarian executive forum uh, forum nu chair kita preside kita okay next which one of the following gurudwaras has been installed at amritsar to mark the birth of the guru har gobind ji guru har gobind ji de birth nu mark karan li ਠੀਕ ਹੈ ਕਿਹੜਾ ਗੁਰਦੁਆਰਾ ਜਿਹੜਾ ਗੁਰੂ ਹਰਗੋਬਿੰਦ ਜੀ ਦੇ ਬਰਥਡੇ ਨੂੰ ਮਾਰਕ ਕਰਦਾ ਹੈ ਤੋਂ ਕਿਹੜਾ ਗੁਰਦੁਆਰਾ ਹੈ ਤੋਂ ਗੁਰਦੁਆਰਾ ਰਾਮਸਰ ਗੁਰੂ ਕਾ ਮਹਿਲ ਜਾਂ ਗੁਰੂ ਕੀ ਵਡਾਲੀ ਜਾਂ ਗੁਰਦੁਆਰਾ ਕੰਧ ਸਾਹਿਬ ਹਾਂਜੀ ਕੀ ਆਨਸਰ ਆਊਗਾ ਉਹਰੇ yes 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 ਬਿਲਕੁਲ ਬਿਲਕੁਲ ਗੁਰੂ ਕੀ ਵਡਾਲੀ ਕਰੈਕਟ ਆਨਸਰ ਹੈ ਔਰ ਸਾਰਿਆਂ ਨਾਲ ਪਹਿਲਾਂ ਜਿਹੜਾ ਆਨਸਰ ਦਿੱਤਾ ਸੀਗਾ ਗੁਰੂ ਕੀ ਵਡਾਲੀ ਉਹ ਦਿੱਤਾ ਮੇਗਾ ਕਪੂਰ ਨੇ ਉਦੇ ਬਾਅਦ ਸ਼ੀਨਾ ਨੇ ਵੀ ਦਿੱਤਾ ਬਹੁਤ سارے ਬੱਚੇ ਨੇ ਅਨਸਰ ਦਿੱਤਾ ਹੈ ਤਾਂ ਵਡਾਲੀ ਵਡਾਲੀ ਗੁਰੂ ਕੀ ਵਡਾਲੀ ਜਿਹੜੀ ਹੈ ਗੁਰੂ ਕੀ ਵਡਾਲੀ ਆਹ ਮੈਮੋਰੀਟ ਕਰਦੀ ਹੈ ਗੁਰੂ ਹਰਗੋਬਿੰਦ ਜੀ ਦੇ ਬਰਥ ਨੂੰ ਓਕੇ ਅਗਲੇ ਕੁਐਸਚਨ ਤੇ ਚੱਲਦੇ ਆ ਅ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਫਾਲ ਇਨ ਡਿਸਟ੍ਰਿਕਟ ਰੂਪਨਗਰ ਰੋਪੜ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਕਿਲਾ ਜਾਂ ਫੋਰਟ ਹੈ ਕਹਦੇ ਇਹ ਨਹੀਂ ਹੈ ਠੀਕ ਹੈ ਕਿਹੜਾ ਕਿਲਾ ਨਹੀਂ ਹੈ ਰੋਪੜ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਕਿਲਾ ਨਹੀਂ ਹੈ ਹਾਂਜੀ ਕਿਹੜਾ ਕਿਲਾ ਨਹੀਂ ਹੈ ਹਾਂਜੀ ਕਿਹੜਾ ਕਿਲਾ ਨਹੀਂ ਹੈਗਾ ਉਰੇ অপਸ਼ਨ ਆਪਣੇ ਕੋਲ ਕੀ ਹੈ ਕਿਲਾ ਤਾਰਾਗੜ ਕਿਲਾ ਹੋਲਗੜ ਕਿਲਾ ਗੋਬਿੰਦਗੜ ਦਾ ਕਿਲਾ ਉਹਦੇ ਬਾਅਦ ਕੇਸ਼ਗੜ ਸਾਹਿਬ ਦਾ ਕਿਲਾ ਹਾਂਜੀ ਕੀ ਆਨਸਰ ਹੋਊਗਾ ਜੀ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੁਣ ਹੀ ਕੱਲ ਹੀ ਆਪਾਂ ਕਿਲਿਆਂ ਦੀ ਗੱਲ ਕੀਤੀ ਸੀ ਗੋਬਿੰਦਗੜ੍ਹ ਦਾ ਜਿਹੜਾ ਕਿਲਾ ਹੈ ਹਾਂਜੀ ਕੀ ਆਨਸਰ ਆਊਗਾ ਓਰੇ ਸਾਰੇ ਬੱਚਿਆਂ ਦਾ ਆਪਸ਼ਨ ਸੀ ਆ ਰਿਹਾ ਕੁਝ ਬੱਚੇ ਬੀ ਆਪਸ਼ਨ ਵੀ ਦੇ ਰਹੇ ਨੇ ਇਕਤਾਰਾਗੜ੍ਹ ਵੀ ਆਪਸ਼ਨ ਆਨਸਰ ਦੇ ਰਹੇ ਨੇ ਨਹੀਂ ਗੋਬਿੰਦਗੜ੍ਹ ਦਾ ਕਿਲਾ ਆਪਾਂ ਕੱਲ ਹੀ ਗੱਲ ਕੀਤਾ ਸੀ ਕਿ ਗੋਬਿੰਦਗੜ੍ਹ ਦਾ ਜਿਹੜਾ ਕਿਲਾ ਹੈ ਇਹ ਕਿੱਥੇ ਹੈਗਾ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਇਹਦੇ ਤੇ ਕਿਹੜਾ ਰੂਲ ਸੀਗਾ ਬੰਗੀ ਮਿਸਲ ਦਾ ਕਿਹੜੀ ਮਿਸਲ ਦਾ ਬੰਗੀ ਮਿਸਲ ਦਾ ਰੂਲ ਸੀਗਾ ਔਰ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ ਤੇ ਕੀ ਕਰ ਲਿਆ ਸੀ ਕਬਜ਼ਾ ਕਰ ਲਿਆ ਸੀ ਬਾਅਦ ਵਿੱਚ ਇਹਨੂੰ ਜਿਹੜਾ ਨਾਮ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਗੋਬਿੰਦਗੜ੍ਹ ਫੋਰਟ ਜਿਹੜਾ ਨਾਮ ਰੱਖ ਦਿੱਤਾ ਸੀਗਾ ਠੀਕ ਹੈ ਚਲੋ ਜੀ ਅਗਲੇ ਅਗਲੇ ਕੁਐਸਚਨ ਤੇ ਅਗਲਾ ਕੁਐਸਚਨ ਆਪਣੇ ਕੋਲ ਇਹ ਆ ਵਿਚ ਵਨ ਆਫ ਦਾ ਫੋਲੋਇੰਗ ਫੋਰਟਸ ਹੈਵ ਬੀ ਹੈਜ਼ ਬੀ ਨੇਮਡ ਆਫਟਰ ਦਾ ਮੁਗਲ ਐਮਪਰਾ ਐਮਪਰਰ ਸ਼ਾਹਜਹਾਨ ਇਹ ਤਾਂ ਆਪਾਂ ਥੋੜੇ ਦਿਨ ਪਹਿਲਾਂ ਹੀ ਆਪਾਂ ਕੱਲ ਹੀ ਗੱਲ ਕੀਤੀ ਹੈ ਕਿ ਕਿਹੜਾ ਕਿਲਾ ਜਿਹੜਾ ਉਹ ਸ਼ਾਹਜਹਾਂ ਦੇ ਨਾਮ ਤੋਂ ਰੱਖਿਆ ਗਿਆ ਸੀਗਾ ਉਹ ਕਿਲਾ ਕਿਹੜਾ ਸੀਗਾ ਉਹ ਕਿਲਾ ਸੀਗਾ ਸ਼ਾਹਪੂਰ ਕੰਡੀ ਫੋਰਟ ਸ਼ਾਹਜਹਾਂ ਦੇ ਨਾਮ ਤੋਂ ਰੱਖਿਆ ਗਿਆ ਬਟ ਇਹ ਬਣਾਇਆ ਕਿਹਦੇ ਦੁਆਰਾ ਗਿਆ ਸੀਗਾ ਇੱਕ ਰਾਜਪੂਤ ਰੂਲਰ ਸੀਗਾ ਜਸਪਾਲ ਪਠਾਨੀਆਂ ਠੀਕ ਹੈ ਜਸਪਾਲ ਪਠਾਨੀਆਂ ਜਿਹੜਾ ਕੀ ਜਿਹੜਾ ਕੀ ਰੂਲਰ ਸੀਗਾ ਠੀਕ ਹੈ ਕਿਹੜੀ ਵਾਲੀ ਸਾਈਡ ਦਾ ਨੂਰਪੁਰ ਵਾਲੀ ਸਾਈਡ ਦਾ ਨੂਰਪੁਰ ਦਾ ਇਹ ਰਾਜਾ ਸੀ ਕਿੱਥੋਂ ਦਾ ਨੂਰਪੁਰ ਦਾ ਉਹਨੇ ਇਸ ਕਿਲੇ ਨੂੰ ਬਣਾਇਆ ਸੀਗਾ ਕਿਹੜਾ ਸ਼ਾਹਪੁਰ ਕੰਡੀ ਦਾ ਕਿਲਾ ਔਰ ਨਾਮ ਹੈ ਜਿਹੜਾ ਸ਼ਾਹਪੁਰ ਕਿਉਂ ਰੱਖਿਆ ਸੀਗਾ ਸ਼ਾਹਜਹਾਨ ਕਰਕੇ ਚਲੋ ਅਗਲੇ ਕੁਸ਼ਨ ਤੇ ਚੱਲਦੇ ਹਾਂ ਵਿਚ ਵਨ ਆਫ ਦਾ ਫੋਲੋਇੰਗ ਮੈਮੋਰੀਅਲਸ ਕਮੇਮੋਰੇਟਸ ਦਾ 300 ਸੈਂਚਰੀ ਆਫ ਦਾ ਬਰਥ ਆਫ ਦਾ ਖਾਲਸਾ 300 ਸੈਂਚਰੀ ਆਫ ਦਾ ਬਰਥ ਆਫ ਦਾ ਖਾਲਸਾ ਤੋ ਇਹਨਾਂ ਵਿੱਚੋਂ ਕਿਹੜਾ ਹੁਣ ਆ ਕੁਐਸਚਨ ਪੜਾਈਜੀ ਆ ਕਿ ਇਹਦੇ ਵਿੱਚੋਂ ਕਿਹੜੀ ਕਿਹੜਾ ਮੈਮੋਰੀਅਲ ਜਿਹੜਾ ਖਾਲਸਾ ਦੇ ਬਰਥ ਨੂੰ ਜਿਹੜਾ ਕਮੈਮੋਰੇਟ ਕਰਦਾ ਸਰ ਇਹ ਫੋਰਟ ਕਿੱਥੇ ਆ ਇਹ ਫੋਰਟ ਹੈਗਾ ਪਠਾਨਕੋਟ ਦੇ ਵਿੱਚ ਸ਼ਾਹਪੂਰ ਕੰਡੀ ਜਿਹੜਾ ਕਿਲਾ ਹੈਗਾ ਪਠਾਨਕੋਟ ਦੇ ਵਿੱਚ ਪੈਂਦਾ ਜਸਪਾਲ ਪਠਾਨੀਆਂ ਦੇ ਦੁਆਰਾ ਇਹਨੂੰ ਬਣਾਇਆ ਗਿਆ ਸੀਗਾ ਔਰ ਇਹ ਜਸਪਾਲ ਪਠਾਨੀਆਂ ਨੂਰਪੁਰ ਦਾ ਰਾਜਾ ਸੀ ਓਕੇ ਚਲੋ ਜੀ ਨੈਕਸਟ ਇਸ ਕੁਐਸਚਨ ਦਾ ਆਨਸਰ ਦੇ ਦਿਓ ਹੁਣ ਕੀ ਆ ਇਸ ਕੁਸ਼ਣ ਦਾ ਆਨਸਰ ਦੇ ਦੋ ਕੀ ਹੈ? ਤੋ ਵਿਚ ਵਨ ਆਫ ਦਾ ਫਾਲੋਇੰਗ ਮੈਮੋਰੀਅਲਸ ਕਮੇਮੋਰੇਟਸ ਦਾ 300th ਐਨੀ ਆਫ ਦਾ ਬਰਥ ਆਫ ਦਾ ਖਾਲਸਾ ਤੋ ਇਹ ਇੰਨਾ ਵਿੱਚੋਂ ਕਿਹੜੀ ਜਗ੍ਹਾ ਜਿਹੜੀ ਹੈ ਦੇਖੋ ਜੇ ਆਪਾਂ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਖਾਲਸੇ ਦਾ ਬਰਥ ਨੂੰ ਕਮੇਮੋਰੇਟ ਕਰਨ ਲਈ ਜਗ੍ਹਾ ਕਿਹੜੀ ਹੋਣੀ ਚਾਹੀਦੀ ਆ ਜਗ੍ਹਾ ਕਿਹੜੀ ਹੋਣੀ ਚਾਹੀਦੀ ਆ ਅਨੰਦਪੁਰ ਸਾਹਿਬ ਦੇ ਵਿੱਚ ਇਹ ਕਿਲਾ ਹੋਊਗਾ ਹੈਨਾ ਅਨੰਦਪੁਰ ਸਾਹਿਬ ਦੇ ਵਿੱਚ ਇਹ ਕਿਲਾ ਹੋਊਗਾ ਉਹ ਕਿਹੜਾ ਕਿਲਾ ਕਿਹੜਾ ਹੈ ਕੀ ਕਰੀਏ ਯਾਰ ਅੱਜ ਤੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਬੋਰਡ ਨੇ ਤਾਂ ਬਹੁਤ ਪਰੇਸ਼ਾਨ ਕਰ ਰੱਖਿਆ ਜੀ ਤੇ ਅਨੰਦਪੁਰ ਸਾਹਿਬ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਕਿਲਾ ਕਿਲੇ ਦਾ ਨਾਮ ਕੀ ਹੈ ਖਾਲਸਾ ਹੈਰੀਟੇਜ ਮੈਮੋਰੀਅਲ ਖਾਲਸਾ ਹੈਰੀਟੇਜ ਮੈਮੋਰੀਅਲ ਇਹਦਾ ਦੂਸਰਾ ਨਾਮ ਕੀ ਕਹਿੰਦੇ ਨੇ ਵਿਰਾਸਤ ਏ ਖਾਲਸਾ ਵਿਰਾਸਤ ਏ ਖਾਲਸਾ ਅਰੇ ਤੇਰੇ ਦੀ ਸੁਦਰਜਾ ਬਾਈ ਤੂੰ ਆਣੀ ਸੁਦਰਦਾਜ ਆਣੀ ਅਜ ਸੁਦਰਦਾ ਠੀਕ ਹੈ ਵਿਰਾਸਤ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਹੈ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਹੈ ਉਹ ਲੁਧਿਆਣਾ ਦੇ ਵਿੱਚ ਹੈ ਆ ਦੋ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਠੀਕ ਹੈ ਔਰ ਨੈਕਸਟ ਚਲਦੇ ਆ ਆ ਸਿੱਖ ਅਜੇਬਗੜ ਕਿੱਥੇ ਪੈ ਗਿਆ ਇਹ ਮੋਹਾਲੀ ਦੇ ਵਿੱਚ ਇਹਦਾ ਵੀ ਤੁਸੀਂ ਯਾਦ ਰੱਖਿਓ ਨੈਕਸਟ ਹੈ ਵਿਚ ਵਨ ਆਫ ਦਾ ਫਾਲੋਇੰਗ ਇਜ਼ ਦਾ ਆਰਕੀਓਲੋਜੀਕਲ ਸਾਈਟ ਇਹਨਾਂ ਵਿੱਚੋਂ ਕਿਹੜੀ ਆਰਕੀਓਲੋਜੀਕਲ ਸਾਈਟ ਹੈ ਇੰਨਾਂ ਵਿੱਚੋਂ ਕਿਹੜੀ ਆਰਕੀਓਲੋਜੀਕਲ ਸਾਈਟ ਹੈ ਤਾਂ ਸਾਰੀਆਂ ਆਰਕੀਓਲੋਜੀਕਲ ਸਾਈਟ ਹੈ ਡੇਰ ਮਾਜਰਾ ਰੋਪੜ ਦੇ ਵਿੱਚ ਪੈ ਗਿਆ ਠੀਕ ਹੈ 12 ਰੋਪੜ ਚ ਪੈ ਗਿਆ ਡੋਲਪਹਾ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਪੈ ਗਿਆ ਇਸ ਕਰਕੇ ਆਲ ਆਫ ਦਾ ਅਬਵ ਜਿਹੜੀ ਹੈ ਉਹ ਆਨਸਰ ਆ ਜਾਊਗਾ ਸਾਰੀਆਂ ਦੀ ਸਾਰੀਆਂ ਸਾਈਟਸ ਹੈ ਜਿਹੜੀਆਂ ਕਿੜੀਆਂ ਆਰਕੀਓਲੋਜੀਕਲ ਸਾਈਟਸ ਹੈ ਨੈਕਸਟ ਕੁਐਸਚਨ ਹੁੰਦਾ ਕਿ ਇੰਨਾਂ ਵਿੱਚੋਂ ਕਿਹੜਾ ਡਾਂਸ ਹੈ ਜਿਨ੍ਹਾਂ ਨੂੰ ਪਰਫਾਰਮ ਕੀਤਾ ਜਾਂਦਾ ਹੈ ਇਨੇ ਸਿਟਿੰਗ ਪੋਸਚਰ ਬੈ ਕੇ ਜਿਹਨੂੰ ਪਰਫਾਰਮ ਕੀਤਾ ਜਾਂਦਾ ਇੰਨਾਂ ਵਿੱਚੋਂ ਕਿਹੜਾ ਜਿਹੜਾ ਡਾਂਸ ਫਾਰਮ ਹੈ ਜਿਹਨੂੰ ਬੈ ਕੇ ਪਰਫਾਰਮ ਕੀਤਾ ਜਾਂਦਾ ਠੀਕ ਹੈ অপਸ਼ਨਸ ਹੈਗੇ ਆਪਣੇ ਕੋਲ ਜੁਲੀ ਲੁੱਡੀ ধਮਾਲ ਦਨਕਾਰਾ ਕਲਾਸਿਸ ਜ਼ਿਆਦਾ ਹੋ ਗਈਆਂ ਬੋਰਡ ਵੀ ਪਰੇਸ਼ਾਨ ਹੋ ਗਿਆ ਹੁਣ ਕਹਿੰਦਾ ਹੁਣ ਇੱਕ ਦਿਨ ਰੈਸਟ ਦੇ ਦੋ ਹੁਣ ਚਲੋ ਕਿਹੜਾ ਡਾਂਸ ਹੈ ਕਿਹੜਾ ਡਾਂਸ ਹੈ ਜਿਹਨੂੰ ਬੈ ਕੇ ਪਰਫਾਰਮ ਕੀਤਾ ਜਾਂਦਾ ਸਿਟਿੰਗ ਪੋਸਚਰ ਦੇ ਵਿੱਚ ਇਹਨੂੰ ਪਰਫਾਰਮ ਕੀਤਾ ਜਾਂਦਾ ਕੀ ਆਨਸਰ ਆਏਗਾ ਕਾਫੀ سارے ਬੱਚੇ ਕਨਫਿਊਜ਼ ਨੇ ਕਾਦੇ ਵਿੱਚ ਲੋਡੀ ਤੇ ਜੁੱਲੀ ਦੇ ਵਿੱਚ ਬਹੁਤ سارے ਬੱਚੇ ਕਨਫਿਊਜ਼ ਨੇ ਤੋਂ ਇਹਦਾ ਆਨਸਰ ਕਰੈਕਟ ਕੀ ਹੋਏਗਾ ਥੈਟ ਇਜ਼ ਅ ਜੁੱਲੀ ਜੁੱਲੀ ਇੱਕ ਮੁਸਲਿਮ ਡਾਂਸ ਹੈ ਲੋ ਜੀ ਅੱਜ ਕੀ ਕਰੀਏ ਦ ਸਮਝ ਨਹੀਂ ਆਂਦਿਆ ਕਿਵੇਂ ਲੈਕਚਰ ਅੱਗੇ ਕੰਟੀਨਿਊ ਕਰੀਏ ਜੁੱਲੀ ਇੱਕ ਮੁਸਲਿਮ ਡਾਂਸ ਹੈ ਠੀਕ ਹੈ ਮੁਸਲਿਮ ਡਾਂਸ ਹੈ ਜਿਹਨੂੰ ਬੈ ਕੇ ਪਰਫਾਰਮ ਕੀਤਾ ਜਾਂਦਾ ਹੈ ਮੁਸਲਿਮ ਡਾਂਸ ਹੈ ਔਰ ਇਹਨੂੰ ਸਿਟਿੰਗ ਪੋਸਚਰ ਦੇ ਵਿੱਚ ਬੈ ਕੇ ਪਰਫਾਰਮ ਕੀਤਾ ਜਾਂਦਾ ਹੈ ਔਰ ਆਪਣੀ ਹੈਪੀਨੈਸ ਜਿਹੜੀ ਆ ਉਹ ਰਿਪਰੈਜ਼ੈਂਟ ਕਰਨ ਲਈ ਠੀਕ ਹੈ ਸਿਟਿੰਗ ਪੋਸਚਰ ਦੇ ਵਿੱਚ ਬੈ ਕੇ ਪਰਫਾਰਮ ਕੀਤਾ ਜਾਂਦਾ ਹੈ ਔਰ ਆਪਣੀ ਅ ਅ ਮੁਸਲਿਮ ਡਾਂਸ ਔਰ ਜਿਹਦੇ ਵਿੱਚ ਆਪਣੀ ਹੈਪੀਨੈਸ ਰਿਪਰੈਜ਼ੈਂਟ ਕੀਤੀ ਜਾਂਦੀ ਆ ਤਾਂ ਆਨਸਰ ਇੱਥੇ ਕਰੈਕਟਡ ਹੈ ਨਾ ਜੂਲੀ ਨਾ ਕਿ ਲੁੱਡੀ ਲੁੱਡੀ ਦਾ ਪੂਰੀਆਂ ਲੁੱਡੀਆਂ ਮਾਰ ਮਾਰ ਕੇ ਬਹਿ ਕੇ ਤਾਂ ਹੁੰਦਾ ਹੀ ਨਹੀਂ ਇਹ ਤਾਂ ਟੱਪ ਟੱਪ ਕੇ ਹੁੰਦਾ ਲੁੱਡੀ ਮਾਰੀ ਇੱਥੋਂ ਦੀ ਲੁੱਡੀ ਮਾਰੀ ਉਹਗੇ ਇੱਥੋਂ ਲੁੱਡੀ ਮਾਰੀ ਉਹਗੇ ਤਾਂ ਉਹ ਲੁੱਡੀਆਂ ਮਾਰ ਮਾਰ ਜਿਹੜਾ ਖੁਸ਼ੀ ਨੂੰ ਵਿਅਕਤ ਕਰਨ ਲਈ ਲੁੱਡੀ ਜਿਹੜਾ ਡਾਂਸ ਉਹ ਹੁੰਦਾ ਵਾ ਕਲੀਅਰ ਚਲੋ ਜੀ ਜੂਲੀ ਆ ਗਿਆ ਡਾਂਸ ਜਿਹੜਾ ਕਿ ਮੁਸਲਿਮ ਡਾਂਸ ਵੀ ਇਹੇ ਕਰਾਇਆ ਜਾਂਦਾ ਇਚ ਵਨ ਆਫ ਦਾ ਫਾਲੋਇੰਗ ਇਨਸਟਰੂਮੈਂਟ ਇਨਸਟਰੂਮੈਂਟ ਕੰਸਿਸਟ ਆਫ ਦਾ ਵੁੱਡਨ ਫਲੂਟਸ ਆ ਦੋ ਜਿਹੜੀਆਂ ਬੰਸਰੀਆਂ ਜਿਹੜੀਆਂ ਆ ਇਹਨਾਂ ਨੂੰ ਜੋੜ ਕੇ ਇਹਨਾਂ ਦਾ ਪੇਅਰ ਹੈ ਜਿਹੜਾ ਆ ਜੋੜ ਦਿੱਤਾ ਜਾਂਦਾ ਹੈ ਕਿ ਆ ਬੰਸੀਆਂ ਨਾ ਇਥੋਂ ਵੀ ਜੋੜ ਦਿੱਤੀਆਂ ਜਾਂਦੀਆਂ ਤੇ ਇਹ ਨਾ ਜੋੜ ਕੇ ਇੱਕ ਇਨਸਟਰੂਮੈਂਟ ਇੱਕ ਬਣ ਜਾਂਦਾ ਉਸ ਇਨਸਟਰੂਮੈਂਟ ਦਾ ਕੀ ਨਾਮ ਹੈ ਜੁਲੀ ਡਾਂਸ ਹੈ ਜਿਹੜਾ ਸਿੰਗਲ ਪਰਸਨ ਵੀ ਕਰ ਸਕਦਾ ਬਿਲਕੁਲ ਠੀਕ ਹੈ ਤਾਂ ਇਹ ਇਨਸਟਰੂਮੈਂਟ ਦਾ ਕੀ ਨਾਮ ਹੈ ਜਿਹਦੇ ਵਿੱਚ ਦੋ ਵੁੱਡਨ ਫਲੂਟਸ ਨੂੰ ਜੋੜ ਦਿੱਤਾ ਜਾਂਦਾ ਜਿਹਨੂੰ ਕਹਿ ਦਿੰਦੇ ਐ ਜੋੜੀ ਓ ਮੇਰਾ ਰੱਬਾ ਇਹਨੂੰ ਕਰਦੇ ਅੱਜ ਸੈਟ ਜਿਹਨੂੰ ਕੀ ਕਹ ਦਿੰਦੇ ਜੋੜੀ ਤੋਂ ਫਲੂਟਸ ਦੀ ਜੋੜੀ ਆ ਬੰਸਰੀਆਂ ਦੀ ਜਿਹੜੀ ਜੋੜੀ ਜੀ ਹੈ ਇਹ ਬਣਾ ਕਰਕੇ ਕਿਹੜਾ ਇਨਸਟਰੂਮੈਂਟ ਤਿਆਰ ਕੀਤਾ ਜਾਂਦਾ ਹੈ ਕਿਹੜਾ ਤਿਆਰ ਕੀਤਾ ਜਾਂਦਾ ਹੈ 댓 ਇਜ਼ ਦਾ ਨਹੀਂ 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 ਸਰੰਗੀ ਨਹੀਂ ਹੈਗਾ ਇੱਕ ਬੱਚੇ ਨੇ ਅਨਸਰ ਸਰੰਗੀ ਦਿੱਤਾ ਮੋਸਟ ਆਫ ਦਾ ਸਟੂਡੈਂਟਸ ਦਾ ਅਨਸਰ ਬਿਲਕੁਲ ਕਰੈਕਟ ਹੈ 댓 ਇਜ਼ ਦਾ ਅਲਗੋਜ਼ਾ ਅਲਗੋਜ਼ਾ ਬਿਲਕੁਲ ਕਰੈਕਟ ਹੈ ਇਹ ਜੋੜੀ ਬਣਾ ਕਰਕੇ ਇਹ ਜੋੜੀ ਬਣਾ ਕਰਕੇ ਫਲੂਟਸ ਦੀ ਜੋੜੀ ਬਣਾ ਕਰਕੇ ਇਹਨੂੰ ਬਣਾਇਆ ਜਾਂਦਾ ਜਿਹਦਾ ਨਾਮ ਕੀ ਪੈ ਗਿਆ ਅਲਗੋਜ਼ਾ ਅਗਲੇ ਕੁਐਸਚਨ ਤੇ ਚੱਲਦੇ ਆ ਵਿਚ ਵਨ ਆਫ ਦਾ ਫੋਲੋਇੰਗ ਇਨਸਟਰੂਮੈਂਟ ਵਾਸ ਕ੍ਰੀਏਟਿਡ ਬਾਈ ਦਾ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਕਿਹੜਾ ਇਨਸਟਰੂਮੈਂਟ ਹੈ ਜਿਹੜਾ ਤਿਆਰ ਕੀਤਾ ਗਿਆ ਸੀਗਾ ਆ ਇਨਸਟਰੂਮੈਂਟ ਇਨਾ ਕ ਬਲਕਿ ਇਨਾ ਕ ਵੱਡਾ ਸੀਗਾ ਬਾਅਦ ਵਿੱਚ ਕਿਸੇ ਕਿਸੇ ਕੋਲੋਂ ਇਨਸਟਰੂਮੈਂਟ ਚਲਾਣ ਦੀ ਹਿੰਮਤ ਹੀ ਨਹੀਂ ਪੈਦਾ ਹੋਈ ਠੀਕ ਹੈ ਆ ਇਨਸਟਰੂਮੈਂਟ ਇੰਨਾ ਕਿ ਜ਼ਿਆਦਾ ਵੱਡਾ ਸੀਗਾ ਇੰਨਾ ਹੈਵੀ ਇਨਸਟਰੂਮੈਂਟ ਸੀਗਾ ਇੰਨੀ ਕਿ ਜਾਨ ਚਾਹੀਦੀ ਸੀ ਇਸ ਇਨਸਟਰੂਮੈਂਟ ਨੂੰ ਚਲਾਣ ਲਈ ਬਾਅਦ ਕਿਸੇ ਕੋ ਚੱਲਿਆ ਹੀ ਨਹੀਂ ਬਾਅਦ ਕਿਸੇ ਕੋ ਚੱਲਿਆ ਹੀ ਨਹੀਂ ਬਾਅਦ ਵਿੱਚ ਇਸ ਇਨਸਟਰੂਮੈਂਟ ਨੂੰ ਕੀ ਕੀਤਾ ਗਿਆ ਇਹਦਾ ਸਾਈਜ਼ ਰਿਡਿਊਸ ਕੀਤਾ ਗਿਆ ਇਸ ਇਨਸਟਰੂਮੈਂਟ ਦਾ ਸਾਈਜ਼ ਰਿਡਿਊਸ ਕੀਤਾ ਗਿਆ ਔਰ ਸਾਈਜ਼ ਰਿਡਿਊਸ ਕਰਨ ਤੋਂ ਬਾਅਦ ਆ ਜਿਹੜਾ ਇਨਸਟਰੂਮੈਂਟ ਹੈ ਇਹਦਾ ਅੱਜ ਤੱਕ ਜੀ ਕਰਦਾ ਹਨ ਕੰਮ ਖਰਾਬ ਹੀ ਹੋ ਜਾਉ ਆ ਇਨਸਟਰੂਮੈਂਟ ਰਿਡਿਊਸ ਕਰਨ ਤੋਂ ਬਾਅਦ ਇਹਦਾ ਨਾਮ ਰੱਖ ਦਿੱਤਾ ਗਿਆ ਦਿਲ ਰੁਬਾ ਇਸ ਇਨਸਟਰੂਮੈਂਟ ਦਾ ਨਾਮ ਕੀ ਰੱਖ ਦਿੱਤਾ ਗਿਆ ਦਿਲ ਰੁਗਾ ਇਹ ਇਨਸਟਰੂਮੈਂਟ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਚਲਾਇਆ ਜਾਂਦਾ ਸੀ ਆਨਸਰ ਹੈਗਾ ਤਾਉਜ਼ ਨਾ ਕਿ ਤਾਨਪੂਰਾ ਇੱਕ ਬੱਚਾ ਆਨਸਰ ਦੇ ਰਿਹਾ ਤਾਨਪੂਰਾ ਮੈਂ ਹੁਣੀ-ਹੁਣੀ ਦੇਖਿਆ ਸੀਗਾ ਤੇ ਆਨਸਰ ਕੀ ਹੈ ਤਾਉਜ਼ ਤਾਂ ਤਾਉਜ਼ ਜਿਹੜਾ ਇਨਸਟਰੂਮੈਂਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਚਲਾਇਆ ਜਾਂਦਾ ਸੀ ਔਰ ਬਾਅਦ ਵਿੱਚ ਇਹਦਾ ਇਨਾ ਹੈਵੀ ਔਰ ਇਨਾ ਬਲਕੀ ਜੀ ਇਨਸਟਰੂਮੈਂਟ ਸੀਗਾ ਬਾਅਦ ਵਿੱਚ ਕਿਸੇ ਕੋ ਚੱਲਿਆ ਹੀ ਨਹੀਂ ਆਮੀ ਥੋੜੀ ਨਾ ਜ਼ੋਰ ਲੱਗ ਜਾਂਦਾ ਤੋਂ ਬਾਅਦ ਵਿੱਚ ਜ਼ੋਰ ਜ਼ਿਆਦਾ ਕਿਸੇ ਕੋ ਲੱਗੇ ਨਹੀਂ ਇਸ ਕਰਕੇ ਇਹਦਾ ਸਾਈਜ਼ ਰਿਡਿਊਸ ਕਰਨਾ ਪਿਆ ਬਾਅਦ ਵਿੱਚ ਇਸ ਇੰਸਟਰੂਮੈਂਟ ਨੂੰ ਰੀਨੇਮ ਕਰਕੇ ਸਾਈਜ਼ ਜਦੋਂ ਛੋਟਾ ਕਰ ਦਿੱਤਾ ਨਾਮ ਰੱਖ ਦਿੱਤਾ ਗਿਆ ਦਿਲ ਰੁਬਾ ਠੀਕ ਹੈ ਜੇ ਬੋਰਡ ਨੂੰ ਬਾਅਦ ਚ ਗੋਡੇ ਥਲੇ ਲੈ ਲਿਆ ਨਾ ਕੱਲ ਫਿਰ ਇਹਨੇ ਜਮਾ ਹੀ ਨਹੀਂ ਚੱਲਣਾ ਇਹਨੇ ਕਿਹਾ ਕੱਲ ਤੂੰ ਗੋਡੇ ਥਲੇ ਲਿਆ ਸੀ ਅੱਜ ਮੈਂ ਲੈ ਲੈਂਦਾ ਤੈਨੂੰ ਪੜਾ ਅੱਜ ਕਿੰਨੇ ਬੱਚੇ ਬਣਾਨੇ ਆ ਚਲੋ ਅਗਲਾ ਕੁਐਸਚਨ ਦੇਖਦੇ ਆ ਕਿਹੜਾ ਇਨਸਟਰੂਮੈਂਟ 뮤지컬 ਇਨਸਟਰੂਮੈਂਟ ਭਾਰਤਮੁਨੀ ਦੁਆਰਾ ਖੋਜ ਉਦੀ ਕੀਤੀ ਗਈ ਇਨਵੈਂਟ ਕੀਤਾ ਗਿਆ ਭਾਰਤਮੁਨੀ ਦੇ ਦੁਆਰਾ ਤਾਂ ਜਲਦੀ ਜਲਦੀ ਇਹਦਾ ਆਨਸਰ ਕਰ ਦਿਓ ਭਾਰਤਮੁਨੀ ਦੇ ਦੁਆਰਾ ਕਿਹੜਾ ਇਨਸਟਰੂਮੈਂਟ ਹੈ ਜਿਹੜਾ ਉਹ ਡਿਵੈਲਪ ਕੀਤਾ ਗਿਆ ਸੀਗਾ ਹਾਂਜੀ ਭਾਰਤਮੁਨੀ ਦੁਆਰਾ ਕਿਹੜਾ ਇਨਸਟਰੂਮੈਂਟ ਹੈ ਜਿਹੜਾ ਡਿਵੈਲਪ ਕੀਤਾ ਗਿਆ ਸੀਗਾ ਠੀਕ ਹੈ ਫਿਚ ਟੂ ਲਰਨਿੰਗ ਵੈਰੀ ਗੁੱਡ ਜੀ ਅਗਲੇ ਕੁਐਸਚਨਾਂ ਦੇ ਆਨਸਰ ਵੀ ਦੇ ਦਿੱਤੇ ਵੈਰੀ ਗੁੱਡ ਚਲੋ ਜੀ ਭਾਰਤ ਮੂਨੀ ਦੇ ਦੁਆਰਾ ਕਿਹੜਾ ਇਨਸਟਰੂਮੈਂਟ ਡਿਵੈਲਪ ਕੀਤਾ ਗਿਆ ਸੀਗਾ ਦੇਖੋ ਤਾਉਸ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਜਿਹੜਾ ਡਿਵੈਲਪ ਕੀਤਾ ਜਾਂਦਾ ਹੈ ਹੈਨਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਔਰ ਭਾਰਤ ਮੂਨੀ ਦੇ ਦੁਆਰਾ ਸਰੰਦਾ ਕੀਤਾ ਗਿਆ ਸੀਗਾ ਯਾਰ ਮੈਨੂੰ ਆਨਸਰ ਦੇਂਦੇ ਆਹਾ ਆਪ ਹੀ ਦੇ ਜਾਂਦਾ ਇਹਨੂੰ ਕਹਿੰਨੇ ਆਜ ਤੂੰ ਹੀ ਆਪਣੇ ਆਪ ਹੀ ਬੜਾਲਾ ਬੋਰਡ ਨੂੰ ਕਹਿ ਦਿੰਨੇ ਆ ਕਹਿ ਦਈਏ ਆਪਣੇ ਆਪ ਹੀ ਕਰਾ ਲੈ ਆ ਮੈਨੂੰ ਲਿਖਾ ਲੱਗਦਾ ਗਾਹਾਂ ਤੁਰ ਜਾਂਦਾ ਠੀਕ ਹੈ ਤਾਂ ਬਾਰਤਮੁਨੀ ਦੇ ਦੁਆਰਾ ਸਰੰਦਾ ਜਿਹੜਾ ਉਹ ਦਿੱਤਾ ਗਿਆ ਸੀਗਾ ਇਨਵੈਂਟ ਕੀਤਾ ਗਿਆ ਸੀਗਾ ਪਰਸ਼ੀਅਨ ਲੈਂਗੁਏਜ ਦੇ ਵਿੱਚ ਸਰੰਦਾ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਮਿਠਾਸ ਜਿਹਨੂੰ ਆਪਾਂ ਮੈਲੋਡੀ ਵੀ ਕਹਿ ਦਿੰਦੇ ਆ ਜਿਹਨੂੰ ਆਪਾਂ ਮੈਲੋਡੀ ਵੀ ਕਹਿ ਦਿੰਦੇ ਆ ਇਹ ਦੀ ਐਸੀ ਤੇ ਸੀ ਠੀਕ ਹੈ ਜਿਹਨੂੰ ਆਪਾਂ ਮੈਲੋਡੀ ਵੀ ਕਹਿ ਦਿੰਦੇ ਆ ਤਾਂ ਉਸ ਜਿਹੜਾ ਅਜਾ ਸਰੰਦਾ ਜਿਹੜਾ ਇਹ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਬਜਾਇਆ ਜਾਂਦਾ ਸੀਗਾ ਗੁਰੂ ਅਰਜਨ ਦੇਵ ਜੀ ਦਾ ਇਹ ਫੇਵਰੇਟ ਇਨਸਟਰੂਮੈਂਟ ਸੀਗਾ ਬਟ ਇੱਥੇ ਅੱਗੇ ਕੁਐਸਚਨ ਵੀ ਹੋਣਾ ਸੀਗਾ ਆਪਾਂ ਪਹਿਲਾਂ ਆਨਸਰ ਦਿੱਤਾ ਚਲੋ ਕੋਈ ਗੱਲ ਨਹੀਂ ਦਾ ਆਰਟ ਆਫ ਮ ਪ੍ਰੈਵਲੈਂਟ ਇਨ ਦਾ ਵਿਲੇਜਿਸ ਆਫ ਪੰਜਾਬ ਇਸ ਕਾਲਡ ਆ ਜਿਹੜੀ ਮਿੱਟੀ ਲੈ ਕਰਕੇ ਜਿਹੜੀ ਪੇਂਟਿੰਗ ਕਰਦੇ ਆ ਨਾ ਪੇਂਟ ਜੀ ਬਣਾਉਂਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਨਹੀਂ ਨਹੀਂ ਸਿੱਧੂ ਮੂਸੇ ਵਾਲੇ ਰਹਿੰਦੇ ਮੇਰਾ ਵੀਰ ਨਵਾਂ ਬੋਰਡ ਨਾ ਭੇਜੀ ਇੰਨੇ ਪੈਸੇ ਹੈ ਨਹੀਂ ਮੇਰੇ ਕੋਲ ਤੇਰੇ ਬੋਰਡ ਦੇ ਪੈਸੇ ਚਕਾ ਪਾਵਾਂ ਠੀਕ ਹੈ ਸੁਰੰਦਾ ਹੀ ਕਿਹਾ ਮੈਂ ਮੈਂ ਕਿਹੜਾ ਆਨਸਰ ਦਿੱਤਾ ਸਰੰਦਾ ਹੀ ਕਿਹਾ ਆਨਸਰ ਆਪਾਂ ਸਰੰਦਾ ਹੀ ਆਨਸਰ ਦਿੱਤਾ ਸਰੰਦਾ ਜਿਹੜਾ ਉਹ ਭਾਰਤ ਮੁਨੀ ਦੇ ਦੁਆਰਾ ਡਿਵੈਲਪ ਕੀਤਾ ਗਿਆ ਸੀ ਇਹੀ ਆਨਸਰ ਦਿੱਤਾ ਹੋਰ ਕੀ ਦਿੱਤਾ ਆਨਸਰ ਸਰੰਦਾ ਹੀ ਆਨਸਰ ਦਿੱਤਾ ਯਾਰ ਸਰੰਦਾ ਨਹੀਂ ਭਾਰਤ ਮੁਨੀ ਦੇ ਦੁਆਰਾ ਸਰੋਧ ਸਰੰਦਾ ਯਾਰ ਇਹ ਕੁਸ਼ਨ ਗਲਤ ਆ ਠੀਕ ਹੈ 1 ਮਿੰਟ 1 ਮਿੰਟ 1 ਮਿੰਟ ਭਾਰਤ ਮੁਨੀ ਦੇ ਦੁਆਰਾ ਇੱਥੇ ਸਰੋਧ ਆਉਣਾ ਚਾਹੀਦਾ ਸੀ ਸਰੰਦਾ ਤਾਂ نیچے ਸੀ ਆ ਇੱਥੇ ਸਰੋਧ ਸਰੋਦ ਇਨਸਟਰੂਮੈਂਟ ਹੈ ਜਿਹੜਾ ਭਾਰਤ ਮੁਨੀ ਦੇ ਦੁਆਰਾ ਡਿਵੈਲਪ ਕੀਤਾ ਗਿਆ ਸੀਗਾ ਠੀਕ ਹੈ ਇਸ ਚੀਜ਼ ਨੂੰ ਖਿਆਲ ਦੇ ਵਿੱਚ ਕਰ ਲਿਓ ਸਰੋਦ ਇੱਥੇ ਆਨਸਰ ਸਰੋਦ ਕਰ ਲਿਓ ਸਰੋਦ ਇੱਥੇ ਆਨਸਰ ਸਰੋਦ ਕਰ ਲਿਓ ਠੀਕ ਹੈ ਸਰੋਦ ਆਨਸਰ ਕਰ ਲਿਓ ਆਪਸ਼ਨਸ ਦੇ ਵਿੱਚ ਕੋਈ ਮਿਸ ਪ੍ਰਿੰਟਿੰਗ ਹੋ ਗਈ ਦੂਸਰੇ ਨੰਬਰ ਤੇ ਸਰੋਦ ਆਉਣਾ ਸੀ ਤੀਸਰੇ ਤੇ ਸਰੰਦ ਆਉਣਾ ਸੀ ਠੀਕ ਹੈ ਕਿਤੇ ਮਿਸ ਪ੍ਰਿੰਟਿੰਗ ਹੋ ਗਈ ਹੈ ਕੋਈ ਗੱਲ ਨਹੀਂ ਚਲੋ ਇਸ ਕਿਸ ਕੁਸ਼ਨ ਦਾ ਆਨਸਰ ਕਰਦੇ ਹਾਂ ਭਾਰਤ ਮੁਨੀ ਦੇ ਦੁਆਰਾ ਸਰੋਦ ਕੀਤਾ ਗਿਆ ਸੀਗਾ ਬਿਲਕੁਲ ਸਹੀ ਹੈ ਜੀ ਸਹੀ ਹੋ ਠੀਕ ਹੈ ਬਾਦ ਮੁਨੀ ਦੇ ਦੁਆਰਾ ਸਰੋਧ ਕੀਤਾ ਗਿਆ ਸੀਗਾ ਸਰੰਦਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕੀਤਾ ਗਿਆ ਸੀਗਾ ਗੁਰੂ ਅਰਜਨ ਦੇਵ ਜੀ ਸਰੰਦਾ ਜਿਹੜਾ ਵਜਾਉਂਦੇ ਹੁੰਦਾ ਸੀ ਹੁੰਦਾ ਦਾ ਫੇਵਰਟ ਜਿਹੜਾ ਇਨਸਟਰੂਮੈਂਟ ਸੀਗਾ ਇਹਨੂੰ ਆਪਾਂ ਹੁਣ ਕੀ ਕਹਿੰਨੇ ਆ ਇਹਨੂੰ ਆਪਾਂ ਕੀ ਕਹਿੰਨੇ ਹੁੰਨੇ ਆ ਹਾਂਜੀ ਇਹਨੂੰ ਆਪਾਂ ਕੀ ਕਹਿੰਨੇ ਆ ਚੋਕਪੂਰਨਾ ਠੀਕ ਹੈ ਮੱਡਵਾਲ ਪੇਂਟਿੰਗ ਇਹਨੂੰ ਆਪਾਂ ਕੀ ਕਹਿ ਦਿੰਨੇ ਆ ਚੋਕਪੂਰਨਾ ਇਸ ਕਰਕੇ ਦਾ ਆਨਸਰ ਕੀ ਆ ਗਿਆ ਆਪਣੇ ਕੋਲ ਚੋਕਪੂਰਨਾ ਫੁਲਕਾਰੀ ਦਾ ਤੁਹਾਨੂੰ ਪਤਾ ਹੀ ਆ ਫੁਲਕਾਰੀ ਜਿਹੜੀ ਆ ਫੁਲਕਾਰੀ ਕਢਣੀ ਹੈ ਨਾ ਆ ਚੁੰਨੀਆਂ ਤੇ ਫੁਲਕਾਰੀ ਕਢੀ ਜਾਂਦੀ ਆ ਆ ਪੇਪਰ ਮੈਸ਼ੀ ਆਰਟ ਇਹਦਾ ਕੁਝ ਨਹੀਂ ਹੁੰਦਾ ਰੂਰਲ ਆਰਟ ਚਲੋ ਨੈਕਸਟ ਕੁਐਸਚਨ ਤੇ ਚਲਦੇ ਆ ਅਗਲਾ ਕੁਐਸਚਨ ਕੀ ਹੈ ਵਿਚ ਵਨ ਆਫ ਫੋਲੋਇੰਗ ਇਜ਼ ਨੋਟ ਐਨ ਔਰਨਮੈਂਟ ਯੂਜ਼ਡ ਬਾਏ ਦਾ ਪੰਜਾਬੀ ਮੈਨ ਪੰਜਾਬੀ ਮੈਨ ਦੇ ਦੁਆਰਾ ਇਨਾਂ ਵਿੱਚੋਂ ਕਿਹੜਾ ਔਰਨਮੈਂਟ ਯੂਜ਼ ਨਹੀਂ ਕੀਤਾ ਜਾਂਦਾ ਬੜਾ ਹਸਾਂਡਿਆ ਅੱਜ ਬੋਰਡ ਜਿਹੜਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੱਲਦਾ ਨਹੀਂ ਪਿਆ ਬਹੁਤ ਹਸਾਂਡਿਆ ਇੰਨਾ ਖੁਸ਼ ਹੋ ਰਹੇ ਨਾ ਸਾਰੇ ਹੱਸ ਹੱਸ ਕੇ ਸਰ ਜੀ ਅੱਜ ਤਾਂ ਕਹਿੰਦੇ ਬੋਰਡ ਨੇ ਤਾਂ ਤੁਹਾਨੂੰ ਗੋਡੇ ਥੱਲੇ ਲੈ ਲਿਆ ਵਾਹ ਜੀ ਵਾਹ ਚੋਕਪੁਰ ਨਾ ਪਿਛਲੇ ਦਾ ਆਨਸਰ ਚੋਕਪੁਰ ਨਾ ਜਿਹਦੇ ਵਿੱਚ ਮਡਵਾਲ ਪੇਂਟਿੰਗ ਹੈ ਕੀਤੀ ਜਾਂਦੀ ਆ ਠੀਕ ਹੈ ਚਲੋ ਇਹਦਾ ਆਨਸਰ ਕੀ ਆ ਜੂਗਾ ਇਹ ਤਾਂ ਬੜਾ ਸਿੰਪਲ ਜਿਹਾ ਸਰਪੇਸ਼ ਸਰਪੇਸ਼ ਕਿਹੜਾ ਹੁੰਦਾ ਸਰਪੇਸ਼ ਸਰ ਪੇਜ ਤੋਂ ਵਰਡ ਬਣਿਆ ਕਿੱਥੋਂ ਬਣਿਆ ਸਰ ਪੇਚ ਤੇ ਨੂ ਅਹਹਾ ਤਾਂਜ ਸਰਪੇਚ ਤੋਂ ਵਰਡ ਪਿਆ ਜਿਹੜਾ ਸਰਪੇਚ ਕੀ ਹੁੰਦਾ ਜਦੋਂ ਉਹਦੇ ਨਾ ਪੇਜ ਜਿਹਾ ਲੱਗਿਆ ਹੁੰਦਾ ਉਥੋਂ ਦੀ ਵਰਡ ਪਿਆ ਸਰਪੇਸ਼ ਠੀਕ ਹੈ ਸਰਪੇਚ ਜਿਹੜਾ ਉੱਪਰ ਲੱਗਦਾ ਠੀਕ ਹੈ ਮੱਥੇ ਤੇ ਉਹਦੇ ਬਾਅਦ ਗੋਕਰੂ ਗੋਕਰੂ ਕਹਿ ਦਿੰਦੇ ਕੜੇ ਨੂੰ ਗੋਕਰੂ ਕਹਿ ਦਿੰਦੇ ਆ ਕੜੇ ਵਰਗਾ ਹੁੰਦਾ ਗੋਕਰੂ ਲੌਂਗ ਜਿਹੜਾ ਇਹ ਕੁੜੀਆਂ ਦਾ ਔਰਨਾਮੈਂਟ ਹੈ ਤਖਤੀ ਜਿਹੜਾ ਤਖਤੀ ਜਿਹੜਾ ਇਹ ਮੁੰਡਿਆਂ ਦਾ ਔਰਨਾਮੈਂਟ ਹੈ ਤਖਤੀ ਗਲੇ ਦੇ ਵਿੱਚ ਪਾ ਕੇ ਛੋਟੀ ਤਖਤੀ ਪਾ ਦਿੰਦੇ ਆ ਇਹਦੇ ਉੱਤੇ ਕੁਝ ਲਿਖਾ ਦਿੰਦੇ ਆ ਇੰਨੀ ਛੋਟੀ ਜੀ ਤਖਤੀ ਬਣੀ ਹੁੰਦੀ ਹੈ ਠੀਕ ਹੈ ਤਾਂ ਗੋਕਰੂ ਜਿਹੜਾ ਆ ਸਰਪੇਚ ਦੀ ਫੋਟੋ ਆ ਠੀਕ ਹੈ ਗੋਕਰੂ ਆ ਕੜੇ ਨੂੰ ਕਹਿ ਦਿੰਦੇ ਆ ਆ ਇਹਨੂੰ ਆ ਗੋਕਰੂ ਆ ਥੱਲੇ ਆ ਜਿਹੜੀ ਫੋਟੋ ਬਣੀ ਆ ਗੋਕਰੂ ਆ ਆ ਸਰਪੀਚ ਦੀ ਫੋਟੋ ਆ ਤਖਤੀ ਜਿਹੜਾ ਗਲੇ ਦੇ ਵਿੱਚ ਛੋਟੀ ਜੀ ਤਖਤੀ ਪਾਣੀ ਉਹਨੂੰ ਤਖਤੀ ਕਹਿ ਦਿੰਦੇ ਆ ਅਗਲੇ ਕੁਐਸਚਨ ਤੇ ਚੱਲਦੇ ਆ ਗਾਹਾਂ ਆਪਣੇ ਕੋਲ ਕੁਐਸਚਨ ਕੀ ਆ ਰੋਸ਼ਨੀ ਦਾ ਮੇਲਾ ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ ਇਹ ਲੁਧਿਆਣੇ ਦੇ ਵਿੱਚ ਲੱਗਦਾ ਲੁਧਿਆਣੇ ਚ ਕਿਹੜੀ ਜਗ੍ਹਾ ਜਗਰੋਂ ਦੇ ਵਿੱਚ ਲੱਗਦਾ ਔਰ ਇਹ ਰੋਸ਼ਨੀ ਫੇਅਰ ਜਿਹੜਾ ਕਿਸ ਮੁਸਲਿਮ ਪੀਰ ਦੀ ਦੇ ਓਨਰ ਦੇ ਵਿੱਚ ਲਗਾਇਆ ਜਾਂਦਾ ਕਿਸ ਮੁਸਲਿਮ ਪੀਰ ਦੇ ਓਨਰ ਦੇ ਵਿੱਚ ਲਗਾਇਆ ਜਾਂਦਾ ਇਹਨੂੰ ਫੇਅਰ ਆਫ ਫਲਾਈਟਸ ਵੀ ਕਿਹਾ ਜਾਂਦਾ ਇਨੂੰ ਫੀਅਰ ਆਫ ਫਲਾਈਟਸ ਵੀ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਹਦਾ ਅਨਸਰ ਕੀ ਆ ਜੂਗਾ ਅਬਦੁਲ ਕਦਾਰ ਜਲਾਨੀ ਜਾਂ ਗੁੱਗਾ ਪੀਰ ਜਾਂ ਸ਼ੇਖ ਅਹਿਮਦ ਫਰੂਕੀ ਸਰਹਿੰਦੀ ਠੀਕ ਹੈ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਆ ਇਹ ਦੇ ਵਿੱਚ ਹੋ ਗਏ ਨਾ ਕਨਫਿਊਜ਼ ਸਰਹਿੰਦੀ ਤੇ ਇਹਨਾਂ ਵਿੱਚ ਕਨਫਿਊਜ਼ ਹੋ ਗਏ ਨਾ ਜਿਹੜਾ ਜਿਹੜਾ ਸਰਹਿੰਦੀ ਵਾਲਾ ਮੇਲਾ ਨਾ ਸ਼ੇਖ ਅਹਿਮਦ ਫਰੂਕੀ ਸਰਹਿੰਦੀ ਠੀਕ ਹੈ ਆ ਜਿਹੜਾ ਉਰਸ ਵਾਲਾ ਮੇਲਾ ਲੱਗਦਾ ਨਾ ਠੀਕ ਹੈ ਉਰਸ ਵਾਲਾ ਮੇਲਾ ਉਹ ਯੂ ਆਰ ਐਸ ਵਾਲਾ ਤੈਨੂੰ ਮੈਂ ਦੱਸਿਆ ਸੀਗਾ ਠੀਕ ਹੈ ਉਰਸ ਵਾਲਾ ਮੇਲਾ ਜਿਹੜਾ ਲੱਗਦਾ ਇਹ ਉਹ ਵਾਲਾ ਮੇਲਾ ਕਿਹਦੇ ਨਾਮ ਤੋਂ ਇਹਨਾਂ ਦੇ ਨਾਮ ਤੋਂ ਬਟ ਆਪਾਂ ਕਿਹਦੀ ਗੱਲ ਕੀਤੀ ਰੋਸ਼ਨੀ ਦਾ ਮੇਲਾ ਇਹ ਅਬਦੁੱਲ ਕਾਦਰ ਕਾਦਰ ਜੱਲਾਨੀ ਦੀ ਓਨਰ ਦੇ ਵਿੱਚ ਇਹ ਮੇਲਾ ਲਗਾਇਆ ਜਾਂਦਾ ਬੀ ਆਪਸ਼ਨ ਉਰੇ ਬਿਲਕੁਲ ਕਰੈਕਟ ਹੈ ਬਿਲਕੁਲ ਕਰੈਕਟ ਹੈ ਗੁਗਾ ਪੀਰ ਨਹੀਂ ਹੈਗਾ ਬੁੱਗਾ ਪੀਰ ਗਲਤ ਆਨਸਰ ਹੈ ਗੁਗਾ ਪੀਰ ਨਹੀਂ ਹੈਗਾ ਗੁਗਾ ਪੀਰ ਦਾ ਜਿਹੜਾ ਨਹੀਂ ਹੈਗਾ ਉਹਦਾ ਇਹਦਾ ਆਨਸਰ ਅਬਦੁਲ ਕਾਦਰ ਜਲਾਨੀ ਹੈ ਪਹਿਲੇ ਦਾ ਜਿਹੜਾ ਉਰਸ ਦਾ ਮੇਲਾ ਸ਼ੇਖ ਫਰੀਦ ਉਰਸ ਠੀਕ ਹੈ ਉਹ ਮੇਲਾ ਜਿਹੜਾ ਪਹਿਲੇ ਜਿਹੜਾ ਮੁਸਲਿਮ ਸੰਤਾਂ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਹੈ ਸ਼ੇਖ ਫਰੀਦ ਉਰਸ ਦੇ ਦਾ ਮੇਲਾ ਜਿਹੜਾ ਹੁੰਦਾ ਰੋਸ਼ਨੀ ਫੇਅਰ ਲੁਧਿਆਣਾ ਲੁਧਿਆਣਾ ਇਹਦੇ ਵਿੱਚ ਯਾਦ ਰੱਖ ਲਿਓ ਥੈਟ ਇਜ਼ ਦਾ ਫੇਅਰ ਆਫ ਫਲਾਈਟਸ ਠੀਕ ਹੈ ਅਬਦੁਲ ਕਾਦਰ ਜਲਾਨੀ ਦੇ ਦੀ ਯਾਦ ਦੇ ਵਿੱਚ ਅਗਲਾ ਕੁਸ਼ਨ ਇਚ ਵਨ ਆਫ ਦਾ ਫੋਲੋਇੰਗ ਫੈਸਟੀਵਲ ਇਸ सेलिब्रेटेड ਟੂ ਇਸਟੈਬਲਿਸ਼ਮੈਂਟ ਆਫ ਦਾ ਖਾਲਸਾ ਆਫ ਗੁਰਗੋਬਿੰਦ ਸਿੰਘ ਠੀਕ ਹੈ ਤੋ ਕਿਹੜਾ ਜਿਹੜਾ ਫੈਸਟੀਵਲ ਹੈ ਮਨਾਇਆ ਜਾਂਦਾ ਖਾਲਸੇ ਦੀ ਸਟੈਬਲਿਸ਼ਮੈਂਟ ਨੂੰ ਲੈ ਕਰਕੇ ਦੇਖੋ ਹੁਣ ਜੇ ਆਪਾਂ ਗੱਲ ਕਰੀਏ ਖਾਲਸੇ ਦੀ ਸਟੈਬਲਿਸ਼ਮੈਂਟ ਨੂੰ ਲੈ ਕਰਕੇ ਹੋਲਾ ਮਹੱਲਾ ਤੇ ਵਿਸਾਖੀ ਦੋਵੇਂ ਜਿਹੜੇ ਮਨਾਏ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਮਿਕਸ ਨਹੀਂ ਕਰਨਾ ਮਤਲਬ ਸਮਝ ਲੈਣਾ ਇਹਨਾਂ ਨੂੰ ਕਲੀਅਰ ਠੀਕ ਹੈ ਤੋ ਇਹਦੇ ਵਿੱਚ ਆਨਸਰ ਕੀ ਰਹੂਗਾ ਦੇਖੋ ਬਸੰਤ ਪੰਚਮੀ ਕਿੱਥੋਂ ਦੀ ਮਸ਼ਹੂਰ ਹੈ ਬਸੰਤ ਪੰਚਮੀ ਕਿੱਥੋਂ ਦੀ ਮਸ਼ਹੂਰ ਹੈ ਇਹ ਹੈਗੀ ਕਿੱਥੋਂ ਦੀ ਜਿੱਥੋਂ ਦਾ ਇਹ ਬੋਰਡ ਮਸ਼ਹੂਰ ਆ ਕਹਿੰਦੇ ਕਪੂਰਥਲੇ ਦਾ ਮਸ਼ਹੂਰ ਬੋਰਡ ਆ ਤੇ ਇਸ ਕਰਕੇ ਬਸੰਤ ਪੰਚਮੀ ਵੀ ਕਿੱਥੋਂ ਦੀ ਮਸ਼ਹੂਰ ਹੈ ਇਹ ਕਪੂਰਥਲੇ ਦੀ ਬਸੰਤ ਪੰਚਮੀ ਕਿੱਥੋਂ ਦੀ ਮਸ਼ਹੂਰ ਹੈ ਕਪੂਰਥਲੇ ਦੀ ਕਪੂਰ ਥਲੇ ਦੀ ਤੋਂ ਮਹਾਰਾਜਾ ਜਗਤਜੀਤ ਸਿੰਘ ਨੇ ਕਪੂਰ ਥਲੇ ਦੇ ਵਿੱਚ ਬਸੰਤ ਪੰਚਮੀ ਜਿਹੜੀ ਮਨਾਣੀ ਸ਼ੁਰੂ ਕੀਤੀ ਸੀ ਹੋਲਾ ਮੋਹੱਲਾ ਅਨੰਦਪੁਰ ਸਾਹਿਬ ਦਾ ਮਸ਼ਹੂਰ ਹੈ ਔਰ ਇਹਦਾ ਅਨਸਰ ਇਹੀ ਆ ਇਹਨੂੰ ਕਮੈਮੋਰੇਟ ਕਰਨ ਲਈ ਇਹ ਮਨਾਇਆ ਜਾਂਦਾ ਹੈ ਠੀਕ ਹੈ ਲੋੜੀ ਲੋੜੀ ਕਿੱਥੋਂ ਦੀ ਮਸ਼ਹੂਰ ਹੈ ਲੋੜੀ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀ ਨਾ ਪਤੰਗਬਾਜੀ ਲੋੜੀ ਨੂੰ ਸਾਰਿਆਂ ਨਾਲੋਂ ਜ਼ਿਆਦਾ ਪਤੰਗਬਾਜੀ ਕਿੱਥੇ ਦੇਖਣ ਨੂੰ ਮਿਲੇਗੀ ਉਹ ਮਿਲੇਗੀ ਅੰਬਰਸਰ ਠੀਕ ਹੈ ਉਹ ਕਿੱਥੇ ਮਿਲੇਗੀ ਅੰਮ੍ਰਿਤਸਰ ਦੇ ਵਿੱਚ ਲੋੜੀ ਕਿਥੋਂ ਦੀ ਮਸ਼ਹੂਰ ਹੈ ਅੰਬਰਸਰ ਦੀ ਦੀਵਾਲੀ ਤੇ ਅੰਬਰਸਰ ਦੀ ਹੀ ਲੋੜੀ ਆ ਦੋਨੋਂ ਚੀਜ਼ਾਂ ਜਿਹੜੀਆਂ ਅੰਬਰਸਰ ਦੀਆਂ ਜ਼ਿਆਦਾ ਮਸ਼ਹੂਰ ਨੇ ਮਸ਼ਹੂਰ ਨੇ ਲੋੜੀ ਵੀ ਤੇ ਦੀਵਾਲੀ ਵੀ ਆ ਦੋਵੇਂ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਿਓ ਅਗਲੇ ਕੁਸ਼ਨ ਤੇ ਚੱਲਦੇ ਆ ਇਹਦਾ ਆਨਸਰ ਆ ਗਿਆ ਹੋਲਾ ਮੋਹੱਲਾ ਅਗਲਾ ਰੂਰਲ 올림픽ਸ ਰੂਰਲ 올림픽ਸ ਦੀਆਂ ਖੇਡਾਂ ਠੀਕ ਹੈ ਕਦੋਂ ਹੁੰਦੀਆਂ ਨੇ ਠੀਕ ਹੈ ਰੂਰਲ 올림픽ਸ ਦੀਆਂ ਖੇਡਾਂ ਯਾਨੀ ਕਿ ਚਲੋ ਆਨਸਰ ਦੇ ਦਿਓ ਯਾਰ ਇਹਦਾ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਠੀਕ ਹੈ ਰੂਰਲ 올림픽ਸ ਜਿਹਨੂੰ ਆਪਾਂ ਕਹਿੰਦੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਕਿਲਾ ਰਾਏਪੁਰ ਕਿੱਥੇ ਪੈ ਗਿਆ ਕਿਲਾ ਰਾਏਪੁਰ ਪੈ ਗਿਆ ਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਕੀ ਪੈ ਗਿਆ ਕਿਲਾ ਰਾਏਪੁਰ ਔਰ ਇਹ ਖੇਡਾਂ ਕਿੱਥੇ ਬਣਾਈਆਂ ਜਾਂਦੀਆਂ ਨੇ ਕਿਲਾ ਰਾਏਪੁਰ ਦੀਆਂ ਲੁਧਿਆਣੇ ਦੇ ਵਿੱਚ ਆਨਸਰ ਬਿਲਕੁਲ ਕਰੈਕਟ ਹੈ ਲੁਧਿਆਣੇ ਦੇ ਵਿੱਚ ਰੂਰਲ 올림픽ਸ ਹੁੰਦੀਆਂ ਨੇ ਇਹਦੇ ਵਿੱਚ ਮੇਨ ਜਿਹੜੀ ਖੇਡ ਮੀਣ ਖੇਡਾਂ ਕਿਹੜੀਆਂ ਭੰਗੜਾ ਵਗੈਰਾ ਉਹ ਸਾਰਾ ਕੁਝ ਤਾਂ ਚਲੋ ਹੁੰਦਾ ਹੀ ਹੁੰਦਾ ਹੈ ਰੈਸਲਿੰਗ ਵੀ ਹੁੰਦੀ ਹੈ ਕੋਕੋ ਵੀ ਹੁੰਦੀਆਂ ਬਹੁਤ ਸਾਰੀਆਂ ਗੇਮਾਂ ਹੁੰਦੀਆਂ ਜਿਹੜੀ ਬੁੱਲ ਕਾਰਟ ਰੇਸਿੰਗ ਐਨੀਮਲ ਰੇਸਿੰਗ ਜਿਹੜੀ ਆ ਉਹ ਇੱਥੋਂ ਦੀ ਜਿਹੜੀ ਮੇਨ ਪ੍ਰਸਿੱਧ ਗੇਮ ਹੈ ਰੂਲਰ 올림픽ਸ ਦੀ ਐਨੀਮਲ ਰੇਸਿੰਗ ਬੁੱਲ ਕਾਰਟ ਰੇਸਿੰਗ ਆਹ ਜਿਹੜੀਆਂ ਮੇਨ ਪ੍ਰਸਿੱਧ ਗੇਮਾਂ ਨੇ ਤਾਂ ਕੁਐਸਚਨ ਆਉਂਦਾ ਹੈ ਕਿ ਆਹ ਗੇਮ ਮੇਲਾ ਕਿੰਨੇ ਦਿਨ ਚੱਲਦਾ ਹੈ ਕਿੰਨੇ ਦਿਨਾਂ ਦਾ ਹੁੰਦਾ ਹੈ ਕੌਣ ਆਨਸਰ ਦੇਊਗਾ ਆ ਕਿੰਨੇ ਦਿਨਾਂ ਦਾ ਹੁੰਦਾ ਮੈਂ ਕੱਲ ਪਰਸੋਂ ਹੀ ਇਹ ਪੇਡ ਵਾਲੇ ਬੱਚੇ ਦਾ ਆਨਸਰ ਦੇ ਦਣਗੇ ਹਾਂਜੀ ਕਿੰਨੇ ਦਿਨਾਂ ਦੀਆਂ ਹੁੰਦੀਆਂ ਨੇ ਬੁੱਲ ਰੇਸਿੰਗ ਹੁੰਦੀ ਹੈ ਬੁੱਲ ਫਾਈਟਿੰਗ ਵੀ ਹੁੰਦੀ ਹੈ ਠੀਕ ਹੈ ਹਾਂ ਬਿਲਕੁਲ ਇਹ ਸਿਰਫ 3 ਦਿਨ ਹੀ ਚੱਲਦੀਆਂ ਨੇ ਕਿੰਨੇ ਦਿਨ 3 ਡੇ ਗੇਮ ਇਵੈਂਟ ਹੈ 3 ਦਿਨ ਸਿਰਫ ਇਹ ਚੱਲਦੀਆਂ ਨੇ 3 ਡੇ ਗੇਮ ਇਵੈਂਟ ਹੈ ਠੀਕ ਹੈ ਲੁਧਿਆਣਾ ਦੇ ਵਿੱਚ ਇਹ ਹੁੰਦਾ ਵਾ ਔਰ ਲੁਧਿਆਣਾ ਚ ਜਿਹੜਾ ਕਿਲਾ ਹੈਗਾ ਉਹਦਾ ਨਾਮ ਕੀ ਹੈ ਰਾਏਪੁਰ ਦਾ ਕਿਲਾ ਉੱਥੇ ਇਹ ਹਰ ਸਾਲ ਜਿਹੜੀਆਂ ਆਯੋਜਿਤ ਕੀਤੀਆਂ ਜਾਂਦੀਆਂ ਨੇ ਉਰਜ਼ ਔਰ ਰੋਜ਼ਾ ਸ਼ਰੀਫ ਉਰਜ਼ਾ ਉਰ ਰੋਜ਼ਾ شریف ਆਹ ਜਿਹੜਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ਵਿਦ ਅ ਗ੍ਰੇਟ ਪੌਮਪ ਐਂਡ ਸ਼ੋਅ ਐਟ ਵਿਚ ਆਫ ਦਾ ਪਲੇਸ ਉਰਜ਼ ਐਂਡ ਰੋਜ਼ਾ شریف ਹੁਣੀ ਤੁਹਾਨੂੰ ਮੈਂ ਸਮਝਾਇਆ ਸੀਗਾ ਆ ਰੋਜ਼ਾ شریف ਦਾ ਮੇਲਾ ਕਿਹੜੇ ਮੁਸਲਿਮ ਪੀਰ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਕਿਹੜੇ ਅੱਛਾ ਤੁਸੀਂ ਪਹਿਲਾਂ ਆਨਸਰ ਦੇ ਰੋ ਕਿੱਥੇ ਮਨਾਇਆ ਜਾਂਦਾ ਹੈ ਇਹ ਮੇਲਾ ਹਾਂਜੀ ਕਿੱਥੇ ਮਨਾਇਆ ਜਾਂਦਾ ਇਹ ਮੇਲਾ ਬਿਲਕੁਲ ਇਹ ਮੇਲਾ ਜਿਹੜਾ ਕਿੱਥੇ ਮਨਾਇਆ ਜਾਂਦਾ ਸਰਹਿੰਦ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਬਿਲਕੁਲ ਸਰਹਿੰਦ ਬਿਲਕੁਲ ਕਰੈਕਟ ਆਨਸਰ ਹੈ ਸਰਹਿੰਦ ਦੇ ਵਿੱਚ ਮਨਾਇਆ ਜਾਂਦਾ ਔਰ ਕਿਸ ਮੁਸਲਿਮ ਸੰਤ ਦੀ ਯਾਦ ਦੇ ਵਿੱਚ ਸਰਹਿੰਦੀ ਫਾਰੂਕੀ ਸਰਹਿੰਦੀ ਆ ਜਿਹੜਾ ਪਿੱਛੇ ਆਪਾਂ ਨਾਮ ਕੀਤਾ ਸੀਗਾ ਸ਼ੇਖ ਫਾਰੂਕੀ ਸਰਹਿੰਦੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਇਹਨਾਂ ਦੀ ਯਾਦ ਦੇ ਵਿੱਚ ਔਰਸ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਔਰ ਕਿੱਥੇ ਸਰਹਿੰਦੀ ਕੀ ਦੱਸਦਾ ਆਪਾਂ ਨੂੰ ਸਰਹਿੰਦ ਜਗ੍ਹਾ ਦੇ ਵਿੱਚ ਕਦੀ ਵੀ ਆਹ ਨਾਂ ਲਿਖਿਆ ਹੋਏ ਤੇ ਤੁਸੀਂ ਸਮਝ ਜਾਣਾ ਸਰਹਿੰਦੀ ਫਾਰੂਕ ਸਰਹਿੰਦੀ ਜਿਹੜੇ ਮੁਸਲਿਮ ਪੀਰ ਮੁਸਲਿਮ ਪੀਰ ਦੋ ਆਗੇ ਇਕ ਕਾਦਰ ਅਹਿਮਦ ਕਾਦਰ ਜਲਾਨੀ ਤੇ ਇਕ ਸਰਹਿੰਦੀ ਠੀਕ ਹੈ ਇਕ ਦੇ ਨਾਮ ਤੇ ਕਿਹੜਾ ਮੇਲਾ ਆ ਗਿਆ ਰੋਸ਼ਨੀ ਫੇਅਰ ਇਕ ਦੇ ਨਾਮ ਤੇ ਕਿਹੜਾ ਆ ਗਿਆ ਉਰਜ਼ ਉਰਜ਼ ਰੋਜ਼ਾ ਸ਼ਰੀਫ ਦਾ ਮੇਲਾ ਠੀਕ ਹੈ ਅਗਲੇ ਕੁਸ਼ਣ ਤੇ ਚੱਲਦੇ ਆਂ ਡਾਂਸਿਸ ਵਿਚ ਆਰ ਨੋਟ ਪਰਫਾਰਮਡ ਬਾਈ ਦਾ ਵੂਮਨ ਇਨ੍ਹਾਂ ਵਿੱਚੋਂ ਕਿਹੜਾ ਡਾਂਸ ਹੈ ਜਿਹੜਾ ਵੂਮਨ ਦੇ ਦੁਆਰਾ ਨਹੀਂ ਕੀਤਾ ਜਾਂਦਾ ਇਨਾਂ ਵਿੱਚੋਂ ਕਿਹੜਾ ਡਾਂਸ ਹੈ ਜਿਹੜਾ ਵੂਮਨ ਦੇ ਦੁਆਰਾ ਨਹੀਂ ਕੀਤਾ ਜਾਂਦਾ ਟਾਈਮ ਤਾਂ ਹੋ ਗਿਆ ਹੋਇਆ ਚਲੋ ਟਾਈਮ ਹੋ ਗਿਆ ਹੋਇਆ ਕਲਾਸ ਜਿਹੜੀ ਹੈ ਹੁਣ ਛੱਡਦੇ ਆ ਤੇ ਕੱਲ ਆਪਾਂ ਇਹਦੀ ਮੁਰੰਮਤ ਜਿਹੜਾ ਕਿ ਇਹਨੂੰ ਗੋਡੇ ਥਲੇ ਲੈਣੇ ਅੱਜ ਅੱਜ ਇਹਨੂੰ ਗੋਡੇ ਥਲੇ ਲੈਣੇ ਚੰਗੀ ਤਰ੍ਹਾਂ ਇਹਦੀ ਮੁਰੰਮਤ ਕਰਕੇ ਕੱਲ ਕੱਲ ਜਿਹਨੇ ਟੀਨ ਟੈਂਕ ਕੀਤੀ ਤੇ ਇਹਦਾ ਟੀਨ ਟੈਂਕ ਪਜਾ ਲਾਂਗੇ ਫਿਰ ਠੀਕ ਆ ਚਲੋ ਆ ਇਹਦਾ ਅੰਤ ਅਦੇ ਤੋਂ ਲਾ ਜਾਂਦੇ ਜਾਂਦੇ ਤੋਂ ਕਿਹੜਾ ਪਰਫਾਰਮ ਸੰਮੀ ਜਿਹੜਾ ਕੁੜੀਆਂ ਦਾ ਗਿੱਧਾ ਵੀ ਕੁੜੀਆਂ ਦਾ ਕਿੱਕਲੀ ਵੀ ਕੁੜੀਆਂ ਦਾ ਤੇ ਕਿਹੜਾ ਨਹੀਂ ਹੈਗਾ ਤੇ ਲੁੱਡੀ ਨਹੀਂ ਹੈਗਾ ਲੁੱਡੀ ਜਿਹੜਾ ਇਹ men dance ਹੈ ਸੰਮੀ ਮੈਂਵਾਰੀ ਮੈਂਵਾਰੀ ਮੇਰੀ ਸੰਮੀ ਏ ਠੀਕ ਹੈ ਉਹ ਗਾਣਾ ਗਾਣੇ ਦੇ ਨਾਲ ਨਾਲ ਜਿਹੜਾ ਡਾਂਸ ਕੀਤਾ ਜਾਂਦਾ ਸੰਮੀ ਡਾਂਸ ਅੱਗੇ ਤਾਂ ਤੁਹਾਨੂੰ ਪਤਾ ਹੈ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਆਹ ਕਿੱਕਲੀ ਵਾਲਾ ਡਾਂਸ ਆ ਗਿਆ ਤੇ ਕਿਹੜਾ ਨਹੀਂ ਹੈ ਕਿਹੜਾ ਡਾਂਸ ਨਹੀਂ ਹੈ ਲੁੱਡੀ ਲੁੱਡੀ ਕਿਹੜੇ ਕਿਹੜੀ ਫਾਰਮ ਦੇ ਵਿੱਚ ਆ ਗਿਆ men ਦੇ ਦੁਆਰਾ ਪਾਇਆ ਜਾਂਦਾ ਲੁੱਡੀ ਡਾਂਸ ਠੀਕ ਹੈ ਆਪਣੀ ਸਲਾਈਡ ਵੀ ਜਿਹੜੀ ਹੈ ਖਤਮ ਹੋ ਗਈ ਠੀਕ ਹੈ ਤਾਂ ਦਿਸ ਇਜ਼ ਆਲ ਫॉर ਟੂਡੇ ਥੈਂਕ ਯੂ ਬਹੁਤ ਧੰਨਵਾਦ ਔਰ ਜਾਣ ਤੋਂ ਪਹਿਲਾਂ ਅਗਰ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਪੰਜਾਬ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੀ ਤੇ ਚੱਕ ਦੋ ਫੱਟੇ ਕਿਵੇਂ ਠੀਕ ਹੈ ਇਸ ਚੀਜ਼ ਨੂੰ ਸਮਝੋ ਕਿਵੇਂ ਫੱਟੇ ਚੱਕਨੇ ਆ ਤਾਂ ਆਪਾਂ ਕੀ ਕਰਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿ ਅਡਾ 247 ਦੀ ਵੈਬਸਾਈਟ ਵੈਬਸਾਈਟ ਦੇ ਉੱਤੇ ਪੰਜਾਬ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਔਰ ਇੱਥੇ ਆਪਾਂ ਵਿਊ ਆਲ ਕਰਕੇ ਆਹ ਸਾਰੀ ਪ੍ਰੈਪਰੇਸ਼ਨ ਲਈ ਆ ਪੀਐਸਟੈਟ ਦੇ ਬੱਚੇ ਕੁਝ ਕਹਿ ਰਹੇ ਸੀ ਪੀਐਸਟੈਟ ਦਾ ਬੈਚ ਬਣੇਗਾ ਜੀ ਬਣ ਗਿਆ ਪੀਐਸਟੈਟ ਦਾ ਬੈਚ ਕਲੀਅਰ ਪੀਐਸਟੈਟ ਦਾ ਬੈਚ ਬਣ ਗਿਆ ਤੇ ਜੇ ਤੁਸੀਂ ਕਹਿ ਰਹੇ ਸੀਗੇ ਆ ਪੀਟ 3ਐਸਬੀ ਆ ਲੈ ਸਕਦੇ ਜੇ ਉਹਦੇ ਬਾਅਦ ਆਪਾਂ ਗੱਲ ਕਰੀਏ ਗੱਲ ਕਰੀਏ ਗੱਲ ਕਰੀਏ ਪੀਪੀਐਸੀ ਕੋਆਪਰੇਟਿਵ ਸੋਸਾਇਟੀ ਇੰਸਪੈਕਟਰ ਦਾ ਬੈਚ Y354 ਦਾ ਕੋਡ ਲਗਾ ਕੇ ਤੁਸੀਂ ਨੂੰ ਬਾਈ ਕਰ ਸਕਦੇ ਹੋ ਠੀਕ ਹੈ Y354 ਦਾ ਕੋਡ ਲਗਾ ਕੇ ਇਹਨੂੰ ਤੁਸੀਂ ਬਾਈ ਕਰ ਸਕਦੇ ਹੋ ओके ਮੈਂ ਪਹਿਲਾਂ ਹੀ ਕੋਡ ਲੇਤਾ ਉੱਪਰ ਆਪਣੀ ਈਮੇਲ ਲਿਖਣੀ ਹੈ ਕੋਡ ਥੱਲੇ ਲਿਖਣਾ ਹੈ ਠੀਕ ਹੈ ਉੱਪਰ ਆਪਣੀ ਈਮੇਲ ਜਿਹੜੀ ਆ ਉਹ ਪਾਣੀ ਆ ਠੀਕ ਹੈ ਆਪਾਂ ਇਹਦੀ ਈਮੇਲ ਬਣਾ ਦਿੰਨੇ ਆ ਆਹਾ ਆਪਣਾ ਕੀ ਬਣ ਗਿਆ ਕਿੰਨੇ ਦਾ ਬੈਚ ਆ ਗਿਆ 1840 ਰੁਪਏ ਦਾ ਅਗਰ ਤੁਸੀਂ ਕੋਆਪਰੇਟਿਵ ਸੁਸਾਇਟੀ ਦੀ ਇਨਸਪੈਕਟਰ ਦੀ ਪ੍ਰੈਪਰੇਸ਼ਨ ਕਰਦੇ ਪਿਓ ਠੀਕ ਹੈ ਸਰ ਪੇਪਰ ਚ ਤੱਕ ਪਾਉ ਸਾਰਿਆਂ ਦੀ ਬਿਲਕੁਲ ਜੀ ਤੱਕ ਪਾਊਗੀ ਔਰ ਜਿਹੜੀ ਮੈਰਾਥਨ ਆ ਉਹਨੂੰ ਮੈਂ ਪਲਾਨ ਕਰ ਰਿਹਾ ਤਾਂ ਮੈਰਾਥਨ ਨੇ ਇਸ ਸੰਡੇ ਮੈਰਾਥਨ ਦੇ ਵਿੱਚ ਤੁਹਾਡੀ ਸਾਰਿਆਂ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਪਿਛਲੀ ਵਾਰੀ ਵੰਗੂ ਜਿਹੜੀ ਆ ਸਿਰਫ 750 ਤੇ ਰੁੱਕ ਨਹੀਂ ਜਾਣਾ ਤੋਂ ਇਸ ਵਾਰੀ ਜਿਹੜਾ 1500 ਜਿਹੜੇ ਆ ਲਾਈਵ ਸਟੂਡੈਂਟ ਸ਼ੁੱਡ ਬੀ ਥੇਰ ਓਕੇ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਪਿਆਰ ਸਾਰਿਆਂ ਨੂੰ ਅ ਥੈਂਕ ਯੂ ਥੈਂਕ ਯੂ ਸਿੱਧੂ ਵਾਈਫਾਈ ਸਟਡੀ ਵਾਲੇ ਐਂਡ ਹਰਮਨਦੀਪ ਸਿੰਘ ਬਹੁਤ ਬਹੁਤ ਧੰਨਵਾਦ ਆ ਓਕੇ ਓਕੇ ਬਾਏ ਬਾਏ ਟੂ ਆਲ ਫੇਰ ਮਿਲਦੇ ਹਰਮਨਦੀਪ ਕਿਸੇ ਦੀ ਇੰਟਰਵਿਊ ਸੀ ਓਕੇ ਓ ਯਾਰ ਆਪਣੀਆਂ ਇੰਟਰਵਿਊਆਂ ਬਣਾਓ ਕਿ ਤੁਹਾਨੂੰ ਲੋਕੀ ਸੱਦਣ ਆਪਣੇ ਇੰਟਰਵਿਊ ਬਣਾਓ ਟ੍ਰੈਂਡ ਦੇਖੋ ਟ੍ਰੈਂਡ ਨੂੰ ਫੋਲੋ ਨਹੀਂ ਕਰੀਦਾ ਟ੍ਰੈਂਡ ਸੈਟਰ ਬਣੀਦਾ ਟਰੈਂਡ ਨੂੰ ਫੋਲੋ ਨਹੀਂ ਕਰਨ ਡਿਆ ਚੱਲਣ ਡਿਆ ਜੀ ਉਸ ਚੀਜ਼ ਨੂੰ ਆਪਾਂ ਫੋਲੋ ਕਰੀਏ ਨਹੀਂ ਟ੍ਰੈਂਡ ਸੈਟਰ ਬਣੀਦਾ ਆਪਣੇ ਆਪ ਤੋਂ ਜਿਹੜੀ ਹੈ ਜਿਹੜੀ ਦੁਨੀਆ ਸ਼ੁਰੂ ਹੋਣੀ ਚਾਹੀਦੀ ਹੈ ਹੈਨਾ ਜੋ ਆਪਾਂ ਕਰੀਏ ਉਹਨੂੰ ਸਾਰੇ ਜਿਹੜੇ ਫੋਲੋ ਕਰਨ ਐਵੇਂ ਦੀ ਐਵੇਂ ਦੀ ਜਿਹੜੀ ਸੋਚ ਬਣਾ ਕੇ ਗਾਹਾਂ ਵਧੋ ਕਲੀਅਰ ਤੁਹਾਨੂੰ ਸਾਰੇ ਫੋਲੋ ਕਰਨ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ